पंजाब दे एक थानू विधानसभा हल्के दे एंट्री पॉइंट ते असी खड़े हुए हैं और थानू शायद सुन के होर भी हैरानी हो जाएगी। पंजाब दा यह पिंड है, मैसेज की आ रहा है वेलकम टू हिमाचल प्रदेश और थोड़ी जी उत्सुकता है क्रियोसिटी थोड़ी होर वजेगी कि मैसेज सानू पंजाब की राजधानी चंडीगढ़ दे विच आ रहे। चंडीगढ़ तो सिर्फ 10 किलोमीटर की दूरी ते हाँ, सुख सहूलत सुविधावां है, सड़क बनी के नहीं पिंड वाली पिंड वोटा जी आने लीडर के उदा भी गेड़े गुड़े मारते रहने हैं। भाई एक केहे जा साडा सरकारी सिस्टम है कि बिल्कुल पहाड़ भी जिहड़ा हैगे ने विकरे ने, इन्हां पहाड़ां दा मालक कौन है? मूं जिहड़ियां जमीनां इत्थे अफसरां ने दबियां वी आ किद्दां अफसरां दियां वी हैगियां जमीनां? सुविधा कोई नहीं है, कोई सुविधा नहीं है, पानी की सुविधा, लाइट जे तुसीं देख लो तां मोमबत्ती का भी चालना थोड़ा तेज हो। इस पिंड की सड़क है जिहड़ी कि अगे जाके हरियाणे नूं जुड़दी है, हिमाचल नूं जुड़दी है और सड़क भी की है यह कुदरती तौर पर जिहड़ी नदी बनी हुई सी, जिहड़ा नदी का वहन सी उन्हें यह बनाई हुई है। तो जे दो दिन मीह पै के भर जाए तो कुछ घर दे मेरे सज्जे हत्थ तुहानूं घर नज़र आ रहेणगे, उधर वाले उधर रह जाते हैं, इस तरह खब्बे हत्थ तुहानूं उपरले पासे भी घर कुछ नज़र आ रहे होणगे तो उधर वाले उधर रह जाते हैं। पानी रह नहीं आता चार चार दिन वरना माड़ा हाल है पानी का। अच्छा पीने वाला पानी कितना करते प्रबंध फिर? पानी में हुण टंब लैंदे आ जूण नहीं रखे हुए। अच्छा लोकां जूण ताही रखे हुए हैं। अच्छा ये बनी है बड़े बंदियां करके जगह विक गई लोगों की तो बन गई होगी तो पानी ही नहीं ਜਿਹੜੇ ਬਾਹਰ ਦੇ ਲੋਕਾਂ ਨੇ ਖਰੀਦ ਲਈ ਆ ਕੇ ਪਹਿਲਾਂ 50 ਬੰਦਾ ਸਾਡਾ ਹਰਿਆਣੇ ਬੱਚਾ ਜਾਇਦਾ ਉੱਥਾ ਇਹ ਸਾਰੇ ਬੱਚੇ ਹਟਾ ਦੇ ਇਹੀ ਕੱਚੀ ਸੜਕ ਲੰਘ ਕੇ ਫਿਰ ਤੁਰ ਕੇ ਜਾਂਦੇ ਆ ਜੀ। ਹਾਂ ਹਾਂ ਖੋਲ ਨੂੰ ਰਾਹ ਗਿਆ ਉੱਪਰ ਨੂੰ ਕਿਰਤਪੁਰ ਨੂੰ ਲੀੜੇ ਹਰਿਆਣੇ 5 ਕਿਲੋਮੀਟਰ ਤੁਰ ਕੇ ਜਾਂਦੇ ਇੱਥੇ ਲੱਗਦਾ ਨਹੀਂ ਹੈ ਫਿਰ ਕਦੀ ਜਿੱਦਾਂ ਤੁਸੀਂ ਪਿੰਡਾਂ ਦੇ ਹੈਗੇ ਹੋ ਕਿ ਇੱਥੋਂ ਦੂਰ ਚੱਲ ਜਾਈਏ ਤੇ ਮਾੜੀ ਮੋਟੀ ਸੁੱਖ ਸੁਵਿਧਾ ਹੋਵੇ। ਵੀਰ ਜੀ ਦੂਰ ਜਾਣ ਦਾ ਇਹ ਸਿਸਟਮ ਹੈ ਨਾ, ਜੇ ਤਾਂ ਜਾਂ ਤਾਂ ਕਿਸੇ ਕੋਲ ਜ਼ਿਆਦਾ ਇਨਕਮ ਹੋਵੇ ਪੈਸਾ ਹੋਵੇ ਤਾਂ ਜ਼ਮੀਨ ਬਾਹਰ ਖਰੀਦ ਲਏ ਕੋਈ ਜਿਸ ਵਕਤ ਜ਼ਿਆਦਾ ਬੰਦਾ ਦਿਹਾੜੀ ਲਾ ਰਿਹਾ ਉਸੇ ਨਾਲ ਖਾਣਾ ਪਕਾਉਣਾ ਉਹ ਕਿੱਥੇ ਲੈ ਲੂ ਜੀ ਕੀ ਸਮਝਦੇ ਹੋ ਵੋਟਾਂ ਪਾਈਆਂ ਕਿਤੇ? ਵੋਟਾਂ ਪਾਉਂਦੇ ਹੀ ਹੈ ਸਰ। ਕਿਹੜੀ ਪਾਰਟੀ ਨੂੰ? ਬਸ ਆਪਾਂ ਤਾਂ ਬੀਜੇਪੀ ਨੂੰ ਪਾਉਂਦੇ ਜੀ, ਬਸ ਪਿਛੜਿਆ ਗਰੋਂ ਆ ਜੀ, ਹੁਣ ਕੋਈ ਆਉਂਦਾ ਨਹੀਂ ਜਾਂਦਾ ਉਰੇ, ਸਰਕਾਰਾਂ ਦਾ ਪਤਾ ਹੀ ਨਹੀਂ ਇੱਧਰ ਗਰੋਂ ਕੋਈ ਵੱਸਦਾ, ਵੋਟਾਂ ਦੇ ਸੀਜ਼ਨ 'ਚ ਆਉਂਦਾ ਜੀ ਕੋਈ ਨਾ ਕੋਈ, ਅੱਗੇ ਪਿੱਛੇ ਨਹੀਂ ਅੱਗੇ ਪਿੱਛੇ ਕੋਈ ਨਹੀਂ ਪੁੱਛਦਾ ਜੀ। ਆਣ ਤੁਹਾਨੂੰ ਵੀ ਲੱਗਦਾ ਕਦੀ ਸੜਕ ਬਣ ਪਾਏਗੀ ਇਹ? ਮੈਨੂੰ ਨਹੀਂ ਲੱਗਦਾ। ਹਾਂਜੀ ਪਰ ਕਰਦੀ ਨਹੀਂ ਸਰਕਾਰਾਂ ਹਰ ਜੀ, ਜਦ ਵੋਟਾਂ ਦਾ ਟਾਈਮ ਹੁੰਦਾ ਜਦੋਂ ਆਉਂਦੇ ਆ ਜੀ, ਲਾਈਟ ਤਾਂ ਹੈਗੀ ਕਿ ਨਹੀਂ ਜੀ, ਰਾਤ ਹੁੰਦਾ ਜੀ ਬੱਲੇ ਮੈਂ ਦੇਖਦਾ ਹੀ ਨਹੀਂ ਬਲਿਆ ਜੀ। ਦੀਵੇ ਬਲਦੇ ਆ? ਹਾਂਜੀ ਦੀਵੇ ਬਲਦੇ। ਲਾਈਟ ਘੱਟ ਕਿਉਂ ਹੈ ਜੇ ਟਰਾਂਸਫਾਰਮਰ ਲੱਗਿਆ ਹੋਇਆ ਹੈ? ਟਰਾਂਸਫਾਰਮਰ ਤਾਂ ਹੈ ਨਹੀਂ ਜੀ, ਇੱਥੇ 3 ਕਿਲੋਮੀਟਰ ਥੱਲੇ ਹੇਠਾਂ ਹੀ, ਇਹ ਨਾਲ ਕਿੱਥੇ ਪੂਰਾ ਪੈਂਦਾ ਜੀ, ਹਫ਼ਤੇ ਬਾਅਦ ਹਫ਼ਤਾ ਵੀ ਲੱਗ ਜਾਂਦਾ ਪਾਣੀ ਨੂੰ ਤੇ। ਹਾਂਜੀ ਹਾਂਜੀ ਗਰਮੀਆਂ 'ਚ ਫਿਰ ਕਿੱਦਾਂ ਕਰਦੇ ਪਾਣੀ? ਫਿਰ ਜੀ ਹਰਿਆਣੇ ਤੋਂ ਲੈ ਕੇ ਆਉਂਦੇ ਆ ਜੀ ਸਿਰਾਂ 'ਤੇ ਮਟਕਿਆਂ ਨਾਲ ਜੀ। ਅੱਜ ਵੀ ਘੜੇ ਢੋਂਦੀਆਂ ਜਨਾਨੀਆਂ? ਹਾਂਜੀ ਹਾਂਜੀ। ਹੁਣ ਪਿੰਡ 'ਚ ਕੋਈ ਬਿਮਾਰ ਹੋ ਜੇ ਫਿਰ ਉਹ ਦਵਾਈ ਬੂਟੀ ਕਿੱਥੇ ਲੈ ਕੇ ਆਉਂਦਾ? ਮੰਜੇ ਚੱਕ ਕੇ ਲੈ ਜਾਵਾਂ, ਮੰਜੇ ਤੇ ਲੈ ਜਾਵਾਂ ਆਪਾਂ ਨੂੰ। ਕਦੀ ਪਿੰਡ 'ਚ ਕੋਈ ਸੁੱਖ ਸੁਵਿਧਾ ਹੈ ਨਹੀਂ ਹੈ ਬੱਚਿਆਂ ਨੂੰ ਪੜ੍ਹਨ, ਉੱਥੇ ਹਰਿਆਣੇ ਹਿਮਾਚਲ ਜਾਣਾ ਪੈਂਦਾ, ਇੰਨੀ ਦੂਰ ਨਦੀ 'ਚੋਂ ਲੰਘ ਕੇ ਜਾਣਾ ਪੈਂਦਾ, 50-70 ਸਾਲ ਹੋ ਗਏ ਬਣਿਆ ਇੰਨੀ ਰਾਸਤਾ, ਦਿਲ ਨਹੀਂ ਕੀਤਾ ਪਿੰਡ ਛੱਡ ਜਾਈਏ? ਅੱਗੇ ਚੱਲ ਨਹੀਂ ਕਰਦਾ ਵੀ ਕੋਈ ਸੁੱਖ ਸਹੂਲਤਾਂ ਹੈ ਨਹੀਂ, ਸੁਵਿਧਾ ਹੈ ਨਹੀਂ, ਪਿੰਡ ਛੱਡੇ ਜਾਈਏ, ਇਹ ਨਹੀਂ ਗੱਲ ਕਰਦਾ ਕਦੇ? ਓਕੇ ਉਰੀ ਪਾਣੀ ਵਹਿ ਮੁੱਕੇ ਜਾਣਾ ਨਹੀਂ ਛੱਡ ਕੇ ਨਾ ਤਾਂ ਹੜਕੇ ਦੇੜ ਕੇ ਸਾਰੇ ਪਾਣੀ ਜਾ ਸਾਡੇ। ਦਰਸ਼ਕੋ ਤੁਸੀਂ ਦੇਖ ਰਹੇ ਹੋਣੇ ਕਿ ਅਸੀਂ ਹੁਣ ਜਿੱਥੇ ਅੱਜ ਪਹੁੰਚੇ ਹੋਏ ਹਾਂ, ਮੇਰੇ ਆਲੇ ਦੁਆਲੇ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਇੱਕ ਏਰੀਅਲ ਵਿਊ ਸ਼ੋਟ ਲੈ ਕੇ ਦਿਖਾਉਣਗੇ, ਤੁਹਾਨੂੰ ਆਸੇ ਪਾਸੇ ਚਾਰੋਂ ਪਾਸੇ ਪਹਾੜ ਨਜ਼ਰ ਆ ਰਿਹਾ ਹੋਣਾ ਤੁਹਾਡੇ, ਤੁਹਾਨੂੰ ਲੱਗ ਰਿਹਾ ਹੋਣਾ ਸਕਰੋਲ ਪੰਜਾਬ ਦੀ ਟੀਮ ਅੱਜ ਸ਼ਾਇਦ ਕਿਸੇ ਹਿੱਲ ਸਟੇਸ਼ਨ 'ਤੇ ਘੁੰਮਣ ਆਈ ਹੋਈ ਹੈ, ਪਰ ਨਹੀਂ ਅਜਿਹਾ ਨਹੀਂ ਹੈ, ਇਹ ਹਿੱਲ ਸਟੇਸ਼ਨ ਨਹੀਂ ਹੈਗਾ, ਇਹ ਪੰਜਾਬ ਦੇ ਇੱਕ ਤੁਹਾਨੂੰ ਵਿਧਾਨ ਸਭਾ ਹਲਕੇ ਦੇ ਐਂਟਰੀ ਪੁਆਇੰਟ 'ਤੇ ਅਸੀਂ ਖੜ੍ਹੇ ਹੋਏ ਹਾਂ। ਤੁਸੀਂ ਸੁਣ ਕੇ ਇਹ ਵੀ ਹੈਰਾਨ ਹੋ ਰਹੇ ਹੋਣੇ ਕਿ ਪੰਜਾਬ 'ਚ ਅੱਜ ਦੀ ਡੇਟ 'ਚ ਵੀ ਅਜਿਹੇ ਪਿੰਡ ਹੈਗੇ ਨੇ ਜਿੱਥੇ ਅਜਿਹੇ ਵਿਧਾਨ ਸਭਾ ਹਲਕੇ ਹੈਗੇ ਨੇ। ਸੜਕ ਜਿਹੜੀ ਹੈਗੀ ਪਿੰਡ ਨੂੰ ਜਾ ਰਹੀ ਹੈ, ਪਿੰਡ ਦਾ ਤੁਹਾਨੂੰ ਨਾਮ ਵੀ ਦੱਸਾਂਗੇ ਔਰ ਤੁਹਾਨੂੰ ਸ਼ਾਇਦ ਸੁਣ ਕੇ ਹੋਰ ਵੀ ਹੈਰਾਨੀ ਹੋ ਜਾਏਗੀ, ਪੰਜਾਬ ਦਾ ਇਹ ਪਿੰਡ ਹੈ ਅਤੇ ਜਦੋਂ ਅਸੀਂ ਇਸ ਪਿੰਡ ਦੀ ਰੋਡ 'ਤੇ ਚੜ੍ਹੇ, ਮਤਲਬ ਇਸ ਪਿੰਡ ਵੱਲ ਅਸੀਂ ਐਂਟਰ ਹੋਏ,
ਤਾਂ ਸਾਨੂੰ ਮੈਸੇਜ ਕੀ ਆ ਰਿਹਾ ਕੁੰਮ ਅਸੀਂ ਇੱਕ ਤੁਹਾਨੂੰ ਹੋਰ ਥੋੜ੍ਹੀ ਹੈਰਾਨੀ ਕਰ ਮੈਸੇਜ ਕੀ ਆ ਰਿਹਾ ਵੈਲਕਮ ਟੂ ਹਿਮਾਚਲ ਪ੍ਰਦੇਸ਼ ਇਹ ਮੈਸੇਜ ਵੀ ਤੁਸੀਂ ਦੇਖ ਰਹੇ ਹੈਗੇ ਹੋ ਔਰ ਤੁਹਾਡੀ ਜਿਹੜੀ ਉਤਸੁਕਤਾ ਹੈ ਕਰਿਓਸਟੀ ਤੁਹਾਡੀ ਹੋਰ ਵੱਧੇਗੀ ਕਿ ਮੈਸੇਜ ਸਾਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆ ਰਿਹਾ ਚੰਡੀਗੜ੍ਹ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ 'ਤੇ ਹਾਂ ਅਸੀਂ ਮੋਹਾਲੀ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹਾਂ ਅਤੇ ਮੈਸੇਜ ਆ ਰਿਹਾ ਵੈਲਕਮ ਟੂ ਹਿਮਾਚਲ ਪ੍ਰਦੇਸ਼ ਅਜਿਹੇ ਪੰਜਾਬ ਦੇ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੀਡਰ ਵੀ ਬੜਾ ਸੰਗਦਾ ਡਰਦਾ ਡਰਦਾ ਵੋਟਾਂ ਦੇ ਸੀਜ਼ਨ 'ਚ ਵੋਟਾਂ ਮੰਗਣ ਪਹੁੰਚਦਾ ਉੱਥੇ ਵਿਕਾਸ ਕੀ ਹੋਇਆ ਹੋਏਗਾ ਪਿਛਲੇ ਆਪਾਂ 50 ਸਾਲ ਦੀ ਵੀ ਗੱਲ ਕਰ ਲਈਏ ਸੋ ਇਸੇ ਪਿੰਡ ਦੇ ਵਿਕਾਸ ਦੀ ਇੱਕ ਮੂੰਹ ਬੋਲ ਦੀ ਤਸਵੀਰ ਅੱਜ ਤੁਹਾਨੂੰ ਦਿਖਾਈ ਜਾਵੇਗੀ ਸੋ ਬਾਬਾ ਜੀ ਕੀ ਨਾਂ ਹੈ ਤੁਹਾਡਾ ਨਾਂ ਤਾਂ ਮੇਰਾ ਸੀਤਾ ਅੱਛਾ ਉਮਰ ਕਿੰਨੀ ਕੁ ਹੋ ਗਈ 70 ਸਾਲ ਹੋ ਗਈ ਅਜੇ ਅੱਛਾ ਵੋਟਾਂ ਆ ਗਈਆਂ ਆ ਵੋਟਾਂ ਆ ਗਈਆਂ ਆ ਵੋਟਾਂ ਅੱਛਾ ਲੀਡਰ ਮਾਰ ਰਹੇ ਗੇੜੇ ਹਾਂ ਨਾ ਗੇੜੇ ਜਾਂ ਨਹੀਂ ਵੱਜਦੇ ਹਲੇ ਕੋਈ ਨਹੀਂ ਆਇਆ ਹਾਲ ਤੱਕ ਵਾ ਉਹ ਦੋ ਗੇੜੇ ਮਾਰਦੇ ਪਹਿਲੇ ਹੋਰ ਕੋਈ ਨਹੀਂ ਆਇਆ ਜਾਂ ਕਿਹੜੇ ਵਾਲੇ ਆਇਆ ਤਾਂ ਦੋ ਵਾ ਛੋਕਰੂ ਜੀ ਆਏ ਤੇ ਪਹਿਲੇ ਅੱਛਾ ਉਹ ਵੀ ਮਾਰ ਕੇ ਵੀ ਵੋਟਾਂ ਪੈਣੀਆਂ ਅੱਛਾ ਇਹ ਲੰਬਰ ਲੰਬਰ ਦੇ ਕੇ ਲਾ ਗਏ ਅੱਛਾ ਹੋਰ ਨਹੀਂ ਆਇਆ ਕਿਦਾਂ ਪਿੰਡ ਮਾ ਹੈਗੀਆਂ ਸੁੱਖ ਸਹੂਲਤਾਂ ਸੁਵਿਧਾਵਾਂ ਹੈਗੀਆਂ ਸੜਕ ਬਣੀ ਕਿ ਨਹੀਂ ਪਿੰਡ ਵਾਲੀ ਪਿੰਡ ਦੀ ਕਿਤੇ ਜਾ ਰਹੀ ਸੜਕ ਜੀ ਹਲੇ ਬਣੀ ਹੈ ਕਿ ਨਹੀਂ ਉਹਨਾਂ ਬਣੀ ਵੀ ਆਇਓ ਪਿੰਡ ਦੀ ਕਿਤੇ ਅੱਛਾ ਗਾਹਾਂ ਦੇ ਆਣੇ ਪੇ ਜਾਣੀ ਹੈ ਨਾ ਫਿਰ ਆ ਗਾਹਾਂ ਨਹੀਂ ਰਸਤਾ ਵੇ ਗਾਹਾਂ ਰਸਤਾ ਨਹੀਂ ਹੈਗਾ ਹਾਂ ਗਾਹਾਂ ਕੱਚਾ ਨਾ ਅਗਲੀ ਉੱਪਰ ਦੇ ਆਊਗਾ ਹਰਿਆਣੇ ਦੇ ਅੱਛਾ ਤਾਂ ਸੜਕ ਮਿਲੂਗੀ ਅੱਛਾ ਉਹ ਕਿਹਾ ਨਦੀ ਹੋਏ ਹਲੇ ਹਾਂ ਨਦੀ ਹੋ ਦੱਸ ਰਹੀ ਹੈ ਅੱਛਾ ਨਦੀ ਜਿੰਨੂੰ ਜਾਂਦੇ ਆ ਲੋਕ ਉਹ ਨਦੀ ਨਹੀਂ ਜਾਂਦੇ ਰਾਹ ਪਰ ਨੂੰ ਫਿਰ ਤੇ ਜੇ ਕਿਤੇ ਦੋ ਹੁਣ ਪਿੱਛੇ ਜੇ ਦੋ ਤਿੰਨ ਦਿਨ ਮੀਂਹ ਪੈ ਗਿਆ ਸੀ ਲਗਾਤਾਰ ਫਿਰ ਲਾਂਗਾ ਤਾਂ ਬੰਦ ਹੋ ਗਿਆ ਸੀ ਕਿ ਨਹੀਂ ਹਾਂ ਫਿਰ ਹੋ ਜਾਈ ਬੰਦ ਅੱਛਾ ਉਹ ਫਿਰ ਤੱਕ ਰਸਤਾ ਬੰਦ ਹੋ ਗਿਆ ਅੱਛਾ ਵੋਟਾਂ ਜੀ ਆਨੇ ਲੀਡਰ ਕਿ ਉਦਾਂ ਵੀ ਗੇੜੇ ਗੂੜੇ ਮਾਰਦੇ ਰਹਿੰਦੇ ਆ ਨਾ ਉਤਾਂ ਗੇੜੇ ਮਾਰੇ ਹੈ ਜੀ ਵੋਟਾਂ ਮੈਂ ਆਏ ਆ ਅੱਛਾ ਤੇ ਲਾਈਟ ਆ ਗਈ ਸੀ ਪਿੰਡ ਲਾਈਟ ਆਈ ਨੂੰ ਕਿੰਨਾ ਚਿਰ ਹੋਇਆ ਆ ਲਾਈਟ ਤਾਂ ਆਈ ਵੀ ਆ ਆਉਂਦੀ ਹੈ ਕਿ ਜਾਂਦੀ ਰਹਿੰਦੀ ਹੈ ਜਾਂਦੀ ਵੀ ਰਹਾ ਜੀ ਆ ਕੱਟ ਜਾ ਅੱਛਾ ਕਮੇ ਰਹਾ ਨਹੀਂ ਲਾਈਟ ਕਰ ਰਹਾ ਫਿਰ ਇੱਕ ਪਾਸੇ ਨੂੰ ਹਿਮਾਚਲ ਲੱਗਦਾ ਹਾਂ ਤੇ ਦੂਏ ਪਾਸੇ ਕਿਹੜਾ ਲੱਗਦਾ ਪੰਜਾਬ ਲੱਗਦਾ ਜੀ ਅੱਛਾ ਤੇ ਹਰਿਆਣਾ ਵੀ ਲੱਗਦਾ ਨਾਲ ਨਾ ਹਰਿਆਣਾ ਦਾ ਆ ਹਰਿਆਣਾ ਉੱਪਰ ਲੱਗਾ ਜੀ ਉੱਪਰਲੇ ਪਾਸੇ ਹਰਿਆਣਾ ਆ ਜਾਂਦਾ ਬੰਨੇ ਭਰਾ ਨਾ ਤੇ ਲੱਗਦਾ ਨਹੀਂ ਤੁਹਾਨੂੰ ਬਈ ਜਿੱਦਾਂ ਚੋਣਾਂ ਵਿੱਚ ਆ ਜਾਂਦੇ ਆ ਲੀਡਰ ਸਿਰਫ ਉਦੋਂ ਹੀ ਗੇੜੇ ਮਾਰਦੇ ਆ ਅੱਗੇ ਪਿੱਛੇ ਕੋਈ ਪਿੰਡ ਦੀ ਸਾਰ ਲੈਣ ਨਹੀਂ ਆਉਂਦਾ ਨਾ ਨਹੀਂ ਕੋਈ ਗੇੜੇ ਮਾਰ ਲਈ ਅੱਛਾ ਤੁਹਾਨੂੰ ਪਤਾ ਅੱਜ ਕੱਲ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਆਇਆ ਜਾਂ ਨਹੀਂ ਮੈਨੂੰ ਪਤਾ ਹੀ ਵੈਸੇ ਯਾਰ ਕਿਹੜਾ ਅੱਛਾ ਹਾਂ ਪਹਿਲਾਂ ਕਿਹੜਾ ਹੋਇਆ ਤਾਂ ਕਦੀ ਯਾਦ ਹੈ ਨਾ ਆ ਨਹੀਂ ਰਹੀ ਮੇਰੇ ਯਾਦ ਨਹੀਂ ਨਾ ਪੜੇ ਵੀ ਨਹੀਂ ਆਇਆ ਪਰ ਕੀ ਹਫਤਾ ਲਗਾ ਬਾਦਲ ਨਾ ਸੁਣਿਆ ਪ੍ਰਕਾਸ਼ ਸਿੰਘ ਬਾਦਲ ਹਾਂ ਉਹਦਾ ਸੁਣਿਆ ਵਾ ਉਹ ਮੁੱਖ ਮੰਤਰੀ ਹੋਇਆ ਪੰਜਾਬ ਦਾ ਅੱਛਾ ਕੈਪਟਨ ਬਰਿੰਦਰ ਸਿੰਘ ਨਾਂ ਸੁਣਿਆ ਹਾਂ ਨਾਂ ਸੁਣਿਆ ਵਾ ਇਹ ਮੁੱਖ ਮੰਤਰੀ ਹੋਇਆ ਨੇੜੇ ਹੀ ਰਹਿੰਦੇ ਆ ਤੁਹਾਡੇ ਇੱਥੇ 10 ਕਿਲੋਮੀਟਰ ਤੇ ਅੱਛਾ ਠੀਕ ਆ ਉਹਨਾਂ ਨੇ ਵੀ ਕਦੀ ਗੇੜਾ ਨਹੀਂ ਮਾਰਿਆ ਨਹੀਂ ਵੀ ਨਹੀਂ ਗੇੜਾ ਮਾਰਿਆ ਜੀ ਪਹਿਲੇ ਵੀ ਪਹਿਲੇ ਅੱਛਾ ਅੱਜ ਕੱਲ ਕੋਈ ਚੰਨੀ ਚੰਨੀ ਨਾਂ ਸੁਣਿਆ ਚਰਨਜੀਤ ਸਿੰਘ ਚੰਨੀ ਨਾ ਉਹ ਨਹੀਂ ਸੁਣਿਆ ਅੱਛਾ ਕੋਈ ਹੋਰ ਕੋਈ ਪੁਰਾਣਾ ਲੀਡਰ ਯਾਦ ਹੈ ਤੁਹਾਨੂੰ ਨਾ ਕੋਈ ਯਾਦ ਪਹਿਲਾਂ ਨਹੀਂ ਹੈ ਅੱਛਾ ਵੋਟਾਂ ਬਣ ਜਾਂਦੇ ਹੁੰਨੇ ਹੋ ਹਾਂ ਵੋਟਾਂ ਬਣ ਜਾ ਜੀ ਹਾਂ ਪਿੰਡ ਜੀ ਪਾਣ ਜਾਂਦੇ ਹੋ ਕਿ ਨੇੜੇ ਤੇੜੇ ਕੋਈ ਸੈਂਟਰ ਬਣਦਾ ਕਿੱਥੇ ਜਾਂਦੇ ਹੋ ਨਾ ਨਾ ਪਿੰਡ ਮੈਂ ਪਾ ਦੇ ਹੀ ਦਾ ਅੱਛਾ ਇਹ ਕਰੌਰ ਪਾਉਂਦੇ ਨੇ ਪਹਿਲਾਂ ਬਿਆਨਕਾ ਕੱਟੀ ਅੱਛਾ ਕਰੌਰਾਂ ਮੈਂ ਜਾਂਦੇ ਤੇ ਹਾਂ ਕਰੌਰਾਂ ਅੱਛਾ ਤਾਂ ਹੁਣ ਕੀ ਲੱਗਦਾ ਫਿਰ ਜਿਹੜੇ ਸ਼ੋਕਰੂ ਆਏ ਤੇ ਲੀਡਰ ਕੀ ਗੱਲ ਕਰਕੇ ਗਏ ਫਿਰ ਗੱਲ ਗੁੱਲੇ ਤਾਂ ਕੋਈ ਨਹੀਂ ਕਰਕੇ ਵਿਚਾਰੇ ਉਹ ਆਹੀ ਬਸ ਦੱਸੇ ਵੀ ਉੱਟਾ ਪੁੱਟਾ ਪੈਣੀ ਆ ਭਾਈ ਅੱਛਾ ਕਿੰਨੀ ਤਰੀਕ ਨੂੰ ਹੈ ਪਤਾ ਨਾ ਤਰੀਕ ਨਹੀਂ ਪਤਾ ਜੀ ਅੱਛਾ ਤਰੀਕ ਨੂੰ ਪੈਣੀ 20 ਤਰੀਕ ਨੂੰ ਪੈਣੀ ਹੈ ਅੱਛਾ 20 ਪੈਣੀ ਆ 20 ਨੂੰ ਆ ਪਿੰਡ ਵਿੱਚ ਪੈ ਜੂਗੀਆਂ ਫਿਰ ਹਾਂ ਪਿੰਡ ਚ ਪੈ ਜੂਗੀਆਂ ਹਾਂ ਵੋਟਾਂ ਪਾਉਂਗੇ ਜੀ ਹੋਰ ਵੋਟਾਂ ਪਾਣੀ ਵੋਟਾਂ ਪਾਉਂਗੇ ਪਿੰਡ ਵਾਲੇ ਜਾਂਦੇ ਪਾਣ ਵੋਟਾਂ ਹਾਂ ਅੱਛਾ ਵੋਟਾਂ ਵਾਜ ਕੇ ਪਿੰਡ ਗਿਆ ਹੀ ਆਏ ਬਸ ਬੋਤੇ ਹੁਣ ਕਿੰਨੇ ਕਮਾ ਪਿੰਡ ਮਾ ਬੋਤੇ ਬੋਤੇ ਥੋੜੇ ਰਹਿ ਗਏ ਕੰਮ ਨਹੀਂ ਰਿਹਾ ਅੱਛਾ ਆ 20 ਬੱਚੇ ਰਹਿ ਗਏ ਬਸ ਬੋਤੇ ਤਾਂ ਘਰ ਘਰ ਹੋ ਮਾਲੇ ਪੈਣਾ ਅੱਛਾ ਉਰੇ ਹਾਂ ਬੋਤੇ ਦਾ ਕੰਮ ਕਿਉਂ ਨਹੀਂ ਰਿਹਾ ਕੰਮ ਹੀ ਨੂੰ ਵਾਲੇ ਜੰਗਲ ਜੁਗਲ ਮਰ ਗਏ ਨਹੀਂ ਪਰ ਚੱਲਾ ਦਾ ਕੰਮ ਅੱਛਾ ਕਿ ਬੜਾ ਢੋਣੇ ਖਾਇਰ ਕਾ ਕੰਡਾ ਢੋਮਾ ਦੇ ਹਾਂ ਉਹ ਬੰਦ ਹੋ ਗਏ ਹਾਂ ਜੇ ਬੜਾ ਬੜਾ ਕੰਮ ਤਾਂ ਚਲੀ ਜਾ ਰਿਹਾ ਯਾਰ ਅੱਛਾ ਇਹ ਕੰਮ ਕੱਟ ਗਿਆ ਕਹਿੰਦੇ ਦਿਲ ਨਹੀਂ ਕੀਤਾ ਵੀ ਪਿੰਡ 'ਚ ਕੋਈ ਸੁੱਖ ਸੁਵਿਧਾ ਹੈ ਨਹੀਂ ਹੈ ਬੱਚਿਆਂ ਨੂੰ ਪੜਨ ਉੱਥੇ ਹਰਿਆਣੇ ਹਿਮਾਚਲ ਜਾਣਾ ਪੈਂਦਾ ਨਹੀਂ ਦੂਰ ਨਦੀ 'ਚੋਂ ਲੰਘ ਕੇ ਜਾਣਾ ਪੈਂਦਾ 50-70 ਸਾਲ ਹੋ ਗਏ ਬਣਿਆ ਹੀ ਨਹੀਂ ਰਸਤਾ ਦਿਲ ਨਹੀਂ ਕੀਤਾ ਪਿੰਡ ਛੱਡ ਜੀਏ ਹੋਰ ਨਹੀਂ ਦਿਲ ਨਹੀਂ ਕਰਿਆ ਕਿ ਕਦੇ ਪਿੰਡ ਛੱਡ ਜੀਏ ਜਦ ਤਾਂ ਪਹਿਲਾਂ ਘਾਟੇ ਲਈ ਯਾਰ ਪਿੰਡ ਛੱਡਿਆ ਨਹੀਂ ਦਾ ਬਸ ਤੂੰ ਜਾਣਾ ਵੀ ਪਿੰਡ 'ਚ ਕੰਮ ਹੈ ਦੇ ਬੰਬੇ ਮੈਂ ਬੈਠੇ ਰਹੀ ਨਿਆਣੇ ਕਿਆ ਕਹਿੰਦੇ ਨਿਆਣੇ ਨਹੀਂ ਕਹਿੰਦੇ ਵੀ ਦੂਰ ਕਿਤੇ ਚੰਡੀਗੜ੍ਹ ਸ਼ਹਿਰ ਮਾ ਚੱਲ ਜੀਏ ਕਰੋੜਾਂ ਚਲੇ ਜੀਏ ਕਿਤੇ ਹੋਰ ਚੱਲ ਜੀਏ ਨਾ ਐਦਾਂ ਨਹੀਂ ਗੜੇ ਜਮੀਨ ਵੇਚਦੀ ਉਹ ਗਾਂ ਨਿਕਲ ਗਈ ਆ
ਉਹ ਦੂਏ ਪਾਸੇ ਜਾ ਰਹੇ ਤੇ ਉਹ ਜਿਹੜੀਆਂ ਜ਼ਮੀਨਾਂ ਇੱਥੇ ਅਫਸਰਾਂ ਨੇ ਦੱਬੀਆਂ ਵੀ ਆ ਕਿੱਦਾਂ ਅਫਸਰਾਂ ਦੀਆਂ ਵੀ ਹੈਗੀਆਂ ਜ਼ਮੀਨਾਂ ਹਾਂ ਹਾਂ ਇਹ ਜਿਹੜੀਆਂ ਹੀ ਆਈ ਸਾਹਿਬ ਇੱਕ ਕੀ ਆਏ ਆਇਓ ਕਿਹੜਾ ਵਡੇਲੇ ਬਣ ਕੇ ਗਾਹਾਂ ਮੈਂ ਇਸ ਤਰ੍ਹਾਂ ਵੀ ਜਿਹੜੀ ਆਇਓ ਗਾਹਾਂ ਪੜੇ ਵੇਗਾ ਕੰਮ ਅੱਛਾ ਵੀ ਉਹਨਾਂ ਨਾਲ ਵੇਚੀ ਪਿਆ ਹੁਣ ਕਮੀਜ਼ ਨਹੀਂ ਖਾ ਰਹੇ ਪੈਸਾ ਕਮਾ ਲਿਆ ਉਹਨਾਂ ਨਾਲ ਇਹ ਗਰੀਬਾਂ ਦੇ ਲੈ ਘੱਟ ਵੱਧ ਇਹੋ ਚੱਕਰ ਆ ਨਾ ਸੋ ਦਰਸ਼ਕੋ ਇਸ ਜਿਹੜੇ ਪਿੰਡ ਦੀ ਅਸੀਂ ਗੱਲ ਕਰ ਰਹੇ ਹਾਂ ਪਿੰਡ ਦਾ ਨਾਂ ਹੈ ਮਸੌਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦਾ ਇਹ ਪਿੰਡ ਹੈ ਵਿਧਾਨ ਸਭਾ ਹਲਕਾ ਖਰੜ ਜਿਹੜਾ ਹੈਗਾ ਉਸਦੇ ਤਹਿਤ ਆਉਂਦਾ ਹੈ ਇਹ ਚੰਡੀਗੜ੍ਹ ਦੇ 10 ਕਿਲੋਮੀਟਰ ਨੇੜੇ ਹੈ ਜੇ ਆਪਾਂ ਜੋਗ੍ਰੈਫੀਕਲੀ ਫਿਜ਼ੀਕਲੀ ਗੱਲ ਕਰੀਏ ਤਾਂ ਇਹਦੀ ਜਿਹੜੀ ਮਾਰਕੇਸ਼ਨ ਹੋਈ ਪਈ ਹੈ ਮਾਰਕਿੰਗ ਹੋਈ ਪਈ ਹੈ ਉਹ ਇਸ ਲਿਹਾਜ਼ ਨਾਲ ਹੋਈ ਪਈ ਹੈ ਵਿਧਾਨ ਸਭਾ ਹਲਕਾ ਜਿਹੜਾ ਇਹਨੂੰ ਖਰੜ ਲੱਗਦਾ ਔਰ 4 ਸਟੇਟਾਂ 'ਚ ਪਿੰਡ ਕਿਰਿਆ ਹੋਇਆ ਇੱਕ ਪਾਸੇ ਹਿਮਾਚਲ ਪ੍ਰਦੇਸ਼ ਇੱਕ ਪਾਸੇ ਹਰਿਆਣਾ ਪੰਜਾਬ ਦਾ ਤਾਂ ਚਲੋ ਹੈ ਹੀ ਹੈ ਦੂਜੇ ਪਾਸੇ ਯੂਟੀ ਚੰਡੀਗੜ੍ਹ ਔਰ ਇਹ ਦੇਖੋ ਤੁਸੀਂ ਤੁਹਾਨੂੰ ਕੀ ਨਜ਼ਰ ਆ ਰਿਹਾ ਬਿਲਕੁਲ ਸ਼ਿਵਾਲਿਕ ਦੀ ਪਹਾੜੀਆਂ ਪਹਾੜ ਨਜ਼ਰ ਆ ਰਹੇ ਨੇ ਮੋਰ ਵੀ ਇਹਦੇ 'ਚ ਘੁੰਮਦੇ ਪਏ ਨੇ ਇਸ ਦੇ ਬਾਵਜੂਦ ਇਹ ਜਿਹੜੀ ਲੈਂਡ ਹੈ ਹਾਲਾਂਕਿ ਇਹ ਲੈਂਡ ਤਾਂ ਸਰਕਾਰੀ ਹੁੰਦੀ ਹੈ ਸੁਭਾਵਿਕ ਤੌਰ 'ਤੇ ਪਰ ਇੱਥੇ ਜ਼ਮੀਨਾਂ ਵਿਕੀਆਂ ਹੋਈਆਂ ਕਹੀਏ ਆਪਾਂ ਵਿਕੀਆਂ ਹੋਈਆਂ ਨੇ ਜਾਂ ਹੋਰ ਕੁਛ ਹੋਇਆ ਪਿਆ ਬਕਾਇਦਾ ਦੇਖ ਲਓ ਇੱਥੇ ਇਹ ਤੁਹਾਨੂੰ ਬੋਰਡ ਲੱਗਿਆ ਬੋਰਡ 'ਤੇ ਤਾਲਾ ਹੈ ਅਤੇ ਲਿਖਿਆ ਵੀ ਹੈ ਟ੍ਰੈਸਪਾਸਰ ਵਿਲ ਬੀ ਪ੍ਰੋਸੀਕਿਊਟਡ ਅੰਦਰ ਆਉਣਾ ਮਨਾ ਨਿੱਜੀ ਪ੍ਰੋਪਰਟੀ ਹੈ ਬਈ ਇਹ ਕਿਹੋ ਜਿਹਾ ਸਾਡਾ ਸਰਕਾਰੀ ਸਿਸਟਮ ਹੈ ਕਿ ਬਿਲਕੁਲ ਪਹਾੜ ਵੀ ਜਿਹੜਾ ਹੈਗੇ ਨੇ ਵਿਕਰੇ ਨੇ ਇਹਨਾਂ ਪਹਾੜਾਂ ਦਾ ਮਾਲਕ ਕੌਣ ਹੈ ਇੱਕ ਤੁਹਾਨੂੰ ਹੋਰ ਗੱਲ ਦੱਸੀਏ ਦਰਸ਼ਕੋ ਬਈ ਪੰਜਾਬ ਦੇ ਕੁਝ ਰਾਜਨੇਤਾ ਕੁਝ ਟੌਪ ਆਫ ਦਾ ਬਿਊਰੋਕਰੇਟ IAS PCS ਜਿਹੜੇ ਅਫਸਰਸ਼ਾਹੀ ਹੈਗੀ ਹੈ ਉਹ ਚਾਹੁੰਦੇ ਵੀ ਨੇ ਕਿ ਇਸ ਪਿੰਡ ਦਾ ਵਿਕਾਸ ਨਾ ਹੋਵੇ ਅਤੇ ਪਿੰਡ ਇਹ ਲੋਕ ਵਿਕਾਸ ਖੁਣੋ ਇਸ ਪਿੰਡ ਨੂੰ ਛੱਡ ਕੇ ਚੱਲੇ ਜਾਣ ਉਹਨਾਂ ਦੀ ਮਨਸ਼ਾ ਕੀ ਹੈ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਆਓ ਅਸੀਂ ਤੁਹਾਨੂੰ ਇਸ ਪਿੰਡ 'ਚ ਲੈ ਕੇ ਚੱਲਦੇ ਸੋ ਪਿੰਡ ਦੇ ਵਿਕਾਸ ਨੂੰ ਲੈ ਕੇ ਸਰਕਾਰਾਂ ਅਫਸਰਸ਼ਾਹੀ ਪ੍ਰਸ਼ਾਸਨ ਕਿੰਨਾ ਗੰਭੀਰ ਹੈ ਉਹਦੀ ਇੱਕ ਉਦਾਹਰਣ ਤੁਹਾਨੂੰ ਇਸ ਮਸੌਲ ਪਿੰਡ 'ਚ ਦਿਖਾ ਰਹੇ ਹਾਂ ਇਹ ਬਿਲਕੁਲ ਨਦੀ ਹੈਗੀ ਹੈ ਤੁਸੀਂ ਦੇਖ ਲਓ ਆਮ ਜਿਵੇਂ ਨਦੀਆਂ ਹੁੰਦੀਆਂ ਨਦੀ ਦੇ ਕਿਨਾਰੇ ਪਨੱਥਰ ਹੁੰਦੇ ਆ ਬੰਨ ਉਹਨਾਂ 'ਤੇ ਲਾਏ ਹੁੰਦੇ ਆ ਚਾਲ ਬੰਨੇ ਹੁੰਦੇ ਆ ਸੋ ਇਹ ਨਦੀ ਹੈ ਜਿਹੜੀ ਅਤੇ ਨਦੀ ਦੇ ਸੱਜੇ ਖੱਬੇ ਤੁਹਾਨੂੰ ਘਰ ਨਜ਼ਰ ਆ ਰਹੇ ਨੇ ਕੈਮਰਾਮੈਨ ਕੋ ਤੁਹਾਨੂੰ ਦਿਖਾਣਗੇ ਬਿਲਕੁਲ ਇਹ ਘਰ ਹੈਗੇ ਨੇ ਪਿੰਡ ਦੇ ਲੋਕਾਂ ਦੇ ਅਤੇ ਇੱਧਰ ਬਿਲਕੁਲ ਖੱਬੇ ਹੱਥ ਵੀ ਤੁਹਾਨੂੰ ਘਰ ਨਜ਼ਰ ਆਉਣਗੇ ਸਾਹਮਣੇ ਦੇਖ ਲਓ ਉੱਥੇ ਵੀ ਤੁਹਾਨੂੰ ਘਰ ਨਜ਼ਰ ਆਉਣਗੇ ਸੋ ਇਸ ਸਿਲਸਿਲਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਲੋਕਾਂ ਦੇ ਲਾਂਘੇ ਦਿਖਾਈਏ ਤੁਹਾਨੂੰ ਘਰ ਦੇ ਤਾਂ ਲਾਂਘੇ ਅੱਜ ਦੀ ਡੇਟ 'ਚ ਵੀ ਜਿਹੜਾ ਹੈਗੇ ਨੇ ਕੱਚੇ ਤੁਹਾਨੂੰ ਮਿਲਣਗੇ ਪਹਾੜੀਆਂ ਤੋਂ ਜਿਵੇਂ ਚੜ੍ਹ ਕੇ ਜਾਣਾ ਪੈਂਦਾ ਅਤੇ ਹੁਣ ਵੀ ਜੇ ਨਦੀ ਦੇ ਵਿੱਚ ਮੀਂਹ ਆ ਜੇ ਮੀਂਹ ਜਦੋਂ ਭਰ ਗਿਆ ਤਾਂ ਇਹਨਾਂ ਲੋਕਾਂ ਦਾ ਲਾਂਘਾ ਜਦੋਂ ਹੈਗਾ ਬੰਦ ਹੋ ਜਾਂਦਾ ਘਰਾਂ ਦੇ ਵਾਲੇ ਘਰ 'ਚ ਰਹਿ ਜਾਂਦੇ ਨੇ ਬਾਹਰ ਵਾਲੇ ਬਾਹਰ 'ਚ ਰਹਿ ਜਾਂਦੇ ਨੇ ਔਰ ਪਿਛਲੇ 5 ਦਹਾਕਿਆਂ ਤੋਂ ਜਾਂ ਉਸ ਤੋਂ ਵੀ ਵੱਧ ਸਮੇਂ ਤੋਂ ਲਾਈਏ ਆਪਾਂ ਤਾਂ ਇੱਥੇ ਸਰਕਾਰਾਂ ਰਸਤੇ ਤੱਕ ਜਿਹੜਾ ਹੈਗੇ ਉਹ ਨਹੀਂ ਬਣਾ ਪਾਈਆਂ ਹੋਰ ਵਿਕਾਸ ਕੀ ਹੈ ਸਿੱਖਿਆ ਦੀ ਹਾਲਤ ਕੀ ਹੈ ਸਿਹਤ ਦੀ ਹਾਲਤ ਕੀ ਹੈ ਹੋਰ ਬੁਨਿਆਦੀ ਸੁਵਿਧਾਵਾਂ ਦੀ ਸਥਿਤੀ ਕੀ ਹੈ ਇਹ ਵੀ ਜਿਹੜੀ ਚੀਜ਼ ਹੈ ਇਸ ਪਿੰਡ 'ਚ ਅੱਜ ਅਸੀਂ ਜਾ ਕੇ ਹੁਣ ਦੇਖਦੇ ਹਾਂ ਸੋ ਇਹ ਦੇਖੋ ਤੁਸੀਂ ਇਹ ਅੱਜ ਦੀ ਡੇਟ ਦੇ ਵਿੱਚ ਸਾਲ 2022 ਚੱਲ ਰਿਹਾ ਆਪਾਂ ਸਦੀਆਂ ਚੇਂਜ ਹੋ ਰਹੀਆਂ ਹੈਗੀਆਂ ਨੇ ਅਤੇ ਇਹੋ ਜਿਹੀਆਂ ਸੜਕਾਂ ਹੈਗੀਆਂ ਨੇ ਪਹਾੜਾਂ ਦੇ ਵਿੱਚੋਂ ਜਿਵੇਂ ਪਿੰਡਾਂ ਦੇ ਵਿੱਚ ਜਾਂ ਪੁਰਾਣੇ ਸਮਿਆਂ 'ਚ ਗੱਡੀਆਂ ਜਿੱਦਾਂ ਰਸਤੇ ਬਣਾ ਕੇ ਕੱਢੀਆਂ ਜਾਂਦੀਆਂ ਸੀ ਇਹ ਜਿਹੀ ਸਥਿਤੀ ਹੈਗੀ ਹੈ ਇਸ ਪਿੰਡ ਨੂੰ ਜਿਹੜੀਆਂ ਸੜਕਾਂ ਜਾ ਰਹੀਆਂ ਹੈਗੀਆਂ ਨੇ ਮਸੌਲ ਦੀਆਂ ਅਤੇ ਸਰਕਾਰਾਂ ਦੇ ਫਰਜ਼ ਕੀ ਹੁੰਦੇ ਨੇ ਵਿਕਾਸ ਕਰਨੇ ਵਿਕਾਸ 'ਚ ਸਭ ਤੋਂ ਪਹਿਲਾਂ ਸ਼ਾਇਦ ਇਹੀ ਆ ਜਾਂਦਾ ਪਿੰਡਾਂ ਨੂੰ ਪਹੁੰਚਦੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਉਹ ਠੀਕ ਹੋਣ ਅਤੇ ਜੇ ਅੱਜ ਦੀ ਡੇਟ 'ਚ ਵੀ ਅਜਿਹੇ ਪਹਾੜਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਇਹੋ ਜਿਹੇ ਰਸਤਿਆਂ ਵਿੱਚੋਂ ਰੇਤਲੇ ਰਸਤਿਆਂ ਵਿੱਚੋਂ ਤਾਂ ਸਰਕਾਰਾਂ ਕਰ ਕੀ ਰਹੀਆਂ ਨੇ ਇੱਕ ਜਿਉਂਦੀ ਯਾਦ ਦੀ ਉਦਾਹਰਣ ਪੰਜਾਬ ਦੇ ਸਾਹਮਣੇ ਕੀ ਨਾਮ ਹੈ ਜੀ ਤੁਹਾਡਾ ਕਰਮਾ ਕਿੰਨੀ ਕੁ ਉਮਰ ਹੋ ਗਈ 40 ਸਾਲ ਦੀ ਇਸੇ ਪਿੰਡ ਜੰਮੇ ਹੋ ਹਾਂਜੀ ਤੇ ਹੁਣ ਜਦੋਂ ਵੋਟਾਂ ਆਉਂਦੀਆਂ ਉਦੋਂ ਹੀ ਲੀਡਰ ਆਉਣੇ ਸ਼ੁਰੂ ਹੁੰਦੇ ਕਿ ਅੱਗੇ ਪਿੱਛੇ ਵੀ ਗੇੜੇ ਮਾਰਦੇ ਆ ਅੱਗੇ ਪਿੱਛੇ ਕੋਈ ਨਹੀਂ ਆਉਂਦਾ ਜਿਹੜੇ ਅੱਛਾ ਵੋਟਾਂ ਜੀ ਆਉਂਦੇ ਮੇਰੇ ਵੋਟਾਂ ਪੈ ਜਾ ਫਿਰ ਕੌਣ ਨਾਲ ਇਹ ਕਰਾਉਂਦਾ ਅੱਛਾ ਪਾਣੀ ਉਰਾ ਨਹੀਂ ਆਉਂਦਾ 4-4 ਦਿਨ ਵਰਨਾ ਮਾੜਾ ਹਾਲਾ ਪਾਣੀ ਦਾ ਜੀ ਅੱਛਾ ਪੀਣ ਵਾਲਾ ਪਾਣੀ ਕਿੱਦਾਂ ਕਰਦੇ ਪ੍ਰਬੰਧ ਫਿਰ ਪਾਣੀ ਵੀ ਹੁਣ ਉਂਟਾਂ ਵਾਲੇ ਆਉਂਦੇ ਆ ਜੀ ਹੁਣ ਨਹੀਂ ਰੱਖੇ ਵੀ ਅੱਛਾ ਲੋਕਾਂ ਨੇ ਤਾਂ ਹੀ ਰੱਖੇ ਵੀ ਉੱਤੇ ਹੈ ਹਾਂ ਜੀ ਅੱਛਾ ਸੜਕ ਬਣ ਗਈ ਪਿੰਡ ਵਾਲੀ ਕਿ ਨਹੀਂ ਸੜਕ ਇੱਥੇ ਤੀਕਰ ਬਣੀ ਵੀ ਉਹ ਜਿਹੜੀ ਬਾਹਰ ਬਾਹਰ ਤੱਕ ਹਾਂ ਉਹ ਵੀ ਟੁੱਟੀ ਵੀ ਉਹ ਵੀ ਟੁੱਟੀ ਕਿੰਨੇ ਸਾਲ ਹੋ ਗਏ ਨੂੰ ਟੁੱਟੀ ਨੂੰ ਜਾਂ ਬਣੀ ਨਾ ਬਣੇ ਨੂੰ ਇਹਨੂੰ ਹੋ ਗਈ ਨਾ 10 ਸਾਲ ਹੋ ਗਏ ਕਿ ਜ਼ਿਆਦਾ ਹੀ 10 ਸਾਲ ਹੋ ਗਏ ਬਣੀ ਹੁੰਦਾ ਨੇ ਅੱਛਾ ਇਹ ਬਣੀ ਹੈ ਬੜੇ ਬੰਦਿਆਂ ਕਰਕੇ ਜਗ੍ਹਾ ਵਿਕ ਗਈ ਲੋਕਾਂ ਦੀ
गुरुद्वारे बैठ के बच्चे सारे बच्चे हटा दे कच्ची सड़क लंघ फिर तुरके जांदे आ जी हां हां खोल नू राह गया उपर नू किरतपुर नू लेड़े हरियाणे नू 5 किलोमीटर तुरके जांदे फिर इह करार लाए जी बच्चे हटा का किसी ने जेड़े भगे बिलकुल जेड़े भगे गंजैस थी उन्ना अपना साधन लेगा दे दिया बच्चों ने एक गड्डी लाई भी 1000 रुपये लेहे महीने का उच्चे हो जाते हो जाते हैं जी पर बेचारे पैसे हैं 10 रुपये उन्होंने मोटरसाइकिल दवा दिया माड़ा मोटा न्याण नहीं तो बुरा हाल ही जी दो तीन दिन मीह पै जाए हूँ साढ़े इतने तभी उनके मोहाली भी चंडीगढ़ भी होया मीह काफ़ी पैदा रहा है पै जाए तो फिर थोड़ी नदियाँ सड़क का लांघा चलता क्या बंद हो जाता पानी पुनी आ जाता जेडे घर च रह गया घर चाह बहर है बहर है अच्छा ਕੀ ਲੱਗਦਾ ਤੁਹਾਨੂੰ ਵੀ ਲੀਡਰ ਧਿਆਨ ਕਿਉਂ ਨਹੀਂ ਦਿੰਦੇ ਵੋਟਾਂ ਮੰਗਣ ਦਾ ਚਲੋ ਆ ਜਾਂਦੇ ਆ ਵੋਟਾਂ ਦੇ ਟਾਈਮ ਕੀ ਆਪਤਾ ਹੀ ਹੂੰ ਤੁਸੀਂ ਹਰਿਆਣੇ ਦੇ ਹੀ ਹੋ ਇਸ ਪਿੰਡ ਦੇ ਹੀ ਹੋ ਵੈਸੇ ਪਿੱਛੋਂ ਨਹੀਂ ਨਹੀਂ ਅਸੀਂ ਹਰਿਆਣੇ ਦੇ ਹਰਿਆਣੇ ਦੇ ਇੱਥੇ ਕਿਧਰ ਰਹੀ ਮਤਲਬ ਮੇਰਾ ਇਹ ਜਗਾੜ ਸਿਸਟਮ ਅੱਛਾ ਕੱਕ ਲੈਣ ਆਏ ਹੋਏ ਹਾਂ ਠੀਕ ਹੈ ਨਹੀਂ ਤੇ ਦਿੱਕਤ ਤਾਂ ਹੁੰਦੀ ਹੋਣੀ ਫਿਰ ਜਦੋਂ ਪਿੰਡ 'ਚ ਸੜਕ ਹੀ ਨਹੀਂ ਹੈਗੀ ਪਿੰਡ 'ਚ ਆਉਣ ਲਈ ਪ੍ਰੋਬਲਮ ਬਹੁਤ ਆ ਵੀਰ ਜੀ ਥੋੜੀ ਜਿਹੀ ਨਹੀਂ ਹੋਰ ਕਿੱਦਾਂ ਦੀਆਂ ਨੇ ਦਿੱਕਤਾਂ 5-6 ਕਿਲੋਮੀਟਰ ਤੋਂ ਪਹਿਲਾਂ ਬੱਚੇ ਉੜਦੇ ਛੋਟੇ ਛੋਟੇ ਬੱਚੇ 6-7 ਸਾਲ ਦੇ ਕਿਰਤਪੁਰ ਜਾਂਦੇ ਸੀ ਹੁਣ ਜੇ ਕਰੋਰ ਕਿੰਨੇ ਕਿਲੋਮੀਟਰ ਹੈ ਤੁਮ ਕਿਰਤਪੁਰ 6 ਕਿਲੋਮੀਟਰ ਹੀ 5-6 ਕਿਲੋਮੀਟਰ ਅੱਛਾ ਪੈਦਲ ਜਾਣਾ ਪੈਦਲ ਬਿਲਕੁਲ ਪੈਦਲ ਜਾਣਾ ਸੁਵਿਧਾ ਕੋਈ ਨਹੀਂ ਹੈ ਕੋਈ ਸੁਵਿਧਾ ਨਹੀਂ ਹੈ ਪਾਣੀ ਦੀ ਸੁਵਿਧਾ ਨਹੀਂ ਲਾਈਟ ਜੇ ਤੁਸੀਂ ਦੇਖ ਲਓ ਤਾਂ ਮੋਮਬੱਤੀ ਦਾ ਵੀ ਚਾਲਣਾ ਥੋੜਾ ਜਿਹਾ ਤੇਜ਼ ਹੋਵੇ ਅੱਛਾ ਹਾਂਜੀ ਮੈਂ ਨਾ ਦੇ ਬਰਾਬਰ ਹੀ ਨਾ ਦੇ ਬਰਾਬਰ ਬਟ ਘਟ ਆਉਂਦੀ ਹੈ ਕੋਈ ਸੁਵਿਧਾ ਨਹੀਂ ਪਿੰਡੂ ਲੋਕ ਹੈ ਜੀ ਬਸ ਗੱਲਾਂ ਗੁੱਲਾਂ ਪਾ ਕੇ ਵੋਟਾ ਵੋਟਾ ਪਾ ਕੇ ਚਲੇ ਜਾਂਦੇ ਕੋਈ ਨਹੀਂ ਆਉਂਦਾ ਅੱਛਾ ਬਹੁਤ ਮਾੜਾ ਹਾਲ ਹੈ ਜੀ ਤੁਹਾਡਾ ਵੀ ਬਚਪਨ ਇੱਥੇ ਹੀ ਬੀਤਿਆ ਹੋਣਾ ਨਹੀਂ ਜੀ ਮੈਂ ਹਰਿਆਣੇ ਗਿਆ ਜੀ ਮੈਂ ਕਦੀ ਬਚਪਨ ਜਾਂਦੇ ਹੁੰਦੇ ਸੀ ਇੱਧਰ ਹਾਂ ਬਾਬਾ ਕਦੇ ਕਦੇ ਆਉਂਦੇ ਸੀ ਅੱਛਾ ਤੇ ਲੱਗਦਾ ਨਹੀਂ ਹੈ ਫਿਰ ਕਦੀ ਜਿੱਦਾਂ ਤੁਸੀਂ ਪਿੰਡਾਂ ਤੇ ਹੈਗੇ ਹੋ ਵੀ ਇੱਥੋਂ ਦੂਰ ਚੱਲ ਜੀਏ ਤੇ ਮਾੜੀ ਮੋਟੀ ਸੁੱਖ ਸੁਵਿਧਾ ਹੋਵੇ ਵੀਰ ਜੀ ਦੂਰ ਜਾਣ ਦਾ ਇਹ ਸਿਸਟਮ ਆ ਨਾ ਜੇ ਤਾਂ ਜਾਂ ਤਾਂ ਕਿਸੇ ਵਕ ਜ਼ਿਆਦਾ ਇਨਕਮ ਹੋਵੇ ਪੈਸਾ ਹੋਵੇ ਉਹਦਾ ਜ਼ਮੀਨ ਬਾਹਰ ਖਰੀਦ ਲੈ ਕੋਈ ਹੁਣ ਜਿਸ ਵਕ ਜ਼ਿਆਦਾ ਬੰਦਾ ਦਿਹਾੜੀ ਲਾ ਰਿਹਾ ਉਸੇ ਨਾਲ ਖਾਣਾ ਪਕਾਣਾ ਉਹ ਕਿੱਥੇ ਲੈ ਲੂ ਜ਼ਮੀਨ ਬਾਹਰ ਤੇ ਜ਼ਿਆਦਾਤਰ ਲੋਕਾਂ ਪਿੰਡ ਦੇ ਲੋਕਾਂ ਦਾ ਕੀ ਆਮਦਨੀ ਦਾ ਸਾਧਨ ਕੋਈ ਸਾਧਨ ਨਹੀਂ ਹੈ ਵੀਰ ਜੀ ਇੱਥੇ ਮਾੜੀ ਮੋਟੀ ਦਿਹਾੜੀ ਮਿਸਤਰੀ ਮੁਸਤਰੀ ਨਾਲ ਜਾਂ ਕੋਈ ਜੰਗਲ ਦਾ ਕੰਮ ਜਿੱਦਾਂ ਹੁਣ ਲੱਗਿਆ ਬਾਈ ਸਿਲਾਇਆ ਬਾਈ ਬਾਈ ਕੰਮ ਆ ਹੋਰ ਤਾਂ ਕੋਈ ਖਾਸ ਕੰਮ ਨਹੀਂ ਸੋ 21ਵੀਂ ਸਦੀ ਦੀ ਕਿੱਡੀ ਵੱਡੀ ਉਦਾਹਰਨ ਹੈਗੀ ਹੈ ਇਹ ਪਿੰਡ ਮਸੌਲ ਤੁਸੀਂ ਦੇਖੋ ਵੀ ਇਹ ਜਿਸ ਰਸਤੇ 'ਤੇ ਅਸੀਂ ਜਾ ਰਹੇ ਹਾਂ ਨਾ ਮੈਂ ਕੈਮਰਾ ਮੈਨ ਨੂੰ ਕਹੂੰਗਾ ਤੁਹਾਨੂੰ ਦਿਖਾਉਣਗੇ ਥੱਲੋਂ ਥੋੜ੍ਹਾ ਸ਼ੂਟ ਲੈ ਕੇ ਸੀਨ ਲੈ ਕੇ ਵੀ ਇਸ ਪਿੰਡ ਦੀ ਸੜਕ ਹੈਗੀ ਹੈ ਇਸ ਪਿੰਡ ਦੀ ਸੜਕ ਹੈ ਜਿਹੜੀ ਕਿ ਅੱਗੇ ਜਾ ਕੇ ਹਰਿਆਣੇ ਨੂੰ ਜੁੜਦੀ ਹੈ ਹਿਮਾਚਲ ਨੂੰ ਜੁੜਦੀ ਹੈ ਔਰ ਸੜਕ ਵੀ ਕੀ ਹੈ ਇਹ ਕੁਦਰਤੀ ਤੌਰ 'ਤੇ ਜਿਹੜੀ ਨਦੀ ਬਣੀ ਹੋਈ ਸੀ ਜਿਹੜਾ ਨਦੀ ਦਾ ਵਹਿਣ ਸੀ ਉਹਨੇ ਇਹ ਬਣਾਈ ਹੋਈ ਹੈ ਅਤੇ ਜੇ 2 ਦਿਨ ਮੀਂਹ ਪੈ ਕੇ ਭਰ ਜੇ ਤਾਂ ਕੁਛ ਘਰ ਦੇ ਮੇਰੇ ਸੱਜੇ ਹੱਥ ਤੁਹਾਨੂੰ ਘਰ ਨਜ਼ਰ ਆ ਰਹਿਣਗੇ ਉੱਧਰ ਵਾਲੇ ਉੱਧਰ ਰਹਿ ਜਾਂਦੇ ਹੈ ਇਸੇ ਤਰ੍ਹਾਂ ਖੱਬੇ ਹੱਥ ਤੁਹਾਨੂੰ ਉੱਪਰਲੇ ਪਾਸੇ ਵੀ ਘਰ 'ਤੇ ਕੁਛ ਨਜ਼ਰ ਆ ਰਹੇ ਹੋਣਗੇ ਤਾਂ ਉੱਧਰ ਵਾਲੇ ਉੱਧਰ ਰਹਿ ਜਾਂਦੇ ਆ ਸੋ ਇਹ ਵਿਕਾਸ ਹੈਗਾ ਪਿੰਡ ਵਾਲੇ ਵੀ ਦੱਸ ਰਹੇ ਨੇ ਕਿ ਕੁਛ ਨਹੀਂ ਹੈ ਜੀ ਇੱਥੇ ਕਾਰ ਤੁਹਾਨੂੰ ਸ਼ਾਇਦ ਪਿੰਡ 'ਚ ਅੱਜ ਦੀ ਡੇਟ 'ਚ ਵੀ ਵਿਰਲੀ ਵਿਰਲੀ ਮਿਲੇਗੀ ਕੋਈ ਕੱਦਾ ਘਰ ਹੋਏਗਾ ਇਹੋ ਜਿਹਾ ਜਿਹੜਾ ਕਾਰ ਨੂੰ ਰੱਖ ਸਕਦਾ ਹੋਵੇ ਪਰ ਸਾਨੂੰ ਹਾਲੇ ਤੱਕ ਪਿੰਡ 'ਚ ਕੋਈ ਕਾਰ ਨਹੀਂ ਦਿਖੀ ਅਸੀਂ ਆ ਚੁੱਕੇ ਹਾਂ ਇੱਥੇ ਕਿਸ ਦੇ ਘਰ 'ਚ ਵੀ ਖੜੀ ਨਹੀਂ ਦਿਖੀ ਨਾ ਕੋਈ ਚੱਲਦੀ ਦਿਖੀ ਹੈ ਅਤੇ ਅਜਿਹਾ ਰਸਤਾ ਇਹਨਾਂ ਲੋਕਾਂ ਲਈ ਨਵੀਂ ਗੱਲ ਨਹੀਂ ਹੈਗੀ ਬਿਲਕੁਲ ਉੱਪਰ ਜੇ ਤੁਸੀਂ ਦੇਖੋ ਚਾਰੋਂ ਪਾਸੇ ਪਹਾੜ ਨਜ਼ਰ ਆ ਰਹੇ ਨੇ ਅਜਿਹੇ ਰਸਤਿਆਂ 'ਚੋਂ ਲੰਘ ਕੇ ਆਪਣਾ ਰੋਜ਼ਗਾਰ ਕਮਾਉਣ ਲਈ ਦਿਹਾੜੀ ਕਰਨ ਲਈ ਬੱਚੇ ਸਕੂਲਾਂ 'ਚ ਪੜ੍ਹਨ ਲਈ ਜਾਂਦੇ ਹੈਗੇ ਨੇ ਹੁਣ ਸਭ ਤੋਂ ਵੱਡੀ ਗੱਲ ਜੇ ਕੱਲ੍ਹ ਨੂੰ ਕਿਸੇ ਮੁੰਡੇ ਦਾ ਇੱਥੇ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਜੇ ਘਰ ਵਾਲੀ ਪ੍ਰੈਗਨੈਂਟ ਹੋਵੇ ਉਹਨੇ ਬੱਚਾ ਜੰਮਣਾ ਹੋਵੇ ਉਹਨੂੰ ਕਿੰਨੀ ਕੁ ਦਿੱਕਤ ਆਉਂਦੀ ਹੋਣੀ ਜੇ ਡਿਲੀਵਰੀ ਲਈ ਉਹਨੂੰ ਹਸਪਤਾਲ ਲੈ ਕੇ ਜਾਣਾ ਹੁੰਦਾ ਹੋਵੇ
ਇਹ ਵੀ ਕੁਛ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰਤਾਂ ਦੇ ਨਾਲ ਕਿ ਸੁੱਖੀ ਸੰਦ ਦੀ ਡਿਲੀਵਰੀਆਂ ਹੋ ਜਾਂਦੀਆਂ ਨੇ ਇਸ ਪਿੰਡ ਦੇ ਵਿੱਚ ਕਿ ਨਹੀਂ ਹੁੰਦੀਆਂ, ਇੱਦਾਂ ਦੀਆਂ ਗੱਲਾਂ ਹੈਗੀਆਂ ਨੇ। ਸੋ ਆ ਅਸੀਂ ਪਿੰਡ ਦਾ ਹੋਰ ਦੌਰਾ ਕਰਾਂਗੇ। ਹਾਂਜੀ ਭਾਅ ਜੀ, ਕਿੱਥੋਂ ਦੇ ਰਹਿਣ ਵਾਲੇ? ਹਰਿਆਣੇ ਤੋਂ। ਕਿਹੜੇ ਪਿੰਡ ਤੋਂ? ਪਿੰਡ ਕਾਹੀ ਵਾਲਾ ਜੀ, ਖੋਲ ਫਤਿਹ ਸਿੰਘ। ਅੱਛਾ, ਤੇ ਇਹ ਜਿਹੜੀ ਸੜਕ ਹੈ ਤੁਸੀਂ ਘੁੰਮ ਰਹੇ ਹੋ, ਇਹ ਕਿਹੜਾ ਇਲਾਕਾ ਪੈ ਜਾਂਦਾ? ਇਹ ਮਸੋਲ ਪੈਂਦਾ ਜੀ। ਅੱਛਾ, ਹਾਂਜੀ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਮੇਰੀ 26 ਸਾਲ ਹੋ ਗਈ। ਕਦ ਤੋਂ ਦੇਖ ਰਹੇ ਹੋ ਇਹ ਸੜਕ ਇਹੋ ਜੀ? ਬਸ ਅਸੀਂ ਸ਼ੁਰੂ ਤੋਂ ਦੇਖ ਰਹੇ, ਜਦ ਤੋਂ ਮੈਂ ਸੋਜੀ ਸੰਭਾਲੀ ਆ। ਹਾਂਜੀ। ਅੱਛਾ, ਜਿਹੜੀ ਇਹ ਦੇਖਦੇ ਜੀ। ਕੀ ਸਮਝਦੇ ਹੋ, ਵੋਟਾਂ ਪਾਈਆਂ ਕਿਹਦੀ? ਵੋਟਾਂ ਪਾਉਂਦੇ ਜੀ ਇਸ ਸਾਲ। ਕਿਹੜੀ ਪਾਰਟੀ ਨਾਲ? ਬਸ ਆਪਾਂ ਤਾਂ ਬੀਜੇਪੀ ਨੂੰ ਪਾਉਂਦੇ ਜੀ। ਅੱਛਾ, ਹਾਂਜੀ। ਬੀਜੇਪੀ ਦਾ ਇੰਨਾ ਵਿਰੋਧ ਹੋਇਆ ਦੁਨੀਆ 'ਚ? ਬਸ ਕੀ ਕਰੀਏ ਜੀ ਹੁਣ, ਕਿ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਆ ਤਾਂ ਕਰਕੇ। ਨਹੀਂ, ਵੈਸੇ ਤਾਂ ਪਹਿਲਾਂ ਤਾਂ ਬੀਜੇਪੀ ਦੀ ਸਰਕਾਰ ਹੈਗੀ ਜੀ। ਹਾਂ ਹਾਂ, ਬਸ ਹੁਣ ਦੇਖਦੇ ਜੀ ਅੱਗੇ। ਕੀ ਲੱਗਦਾ ਤੁਹਾਨੂੰ, ਇਹ ਮਤਲਬ ਸਰਕਾਰਾਂ ਦਾ ਮੁੱਢਲਾ ਕੰਮ ਹੁੰਦਾ ਹੈ ਸੜਕਾਂ ਸੁੜਕਾਂ ਬਣਾਉਣੀ ਆ? ਇਹ ਸੜਕ ਜਿਵੇਂ ਤੁਸੀਂ ਦੱਸ ਰਹੇ ਹੋ ਵੀ 26 ਸਾਲ ਤੇ ਤੁਹਾਡੀ ਉਮਰ ਹੋ ਗਈ, ਵੀ 25 ਸਾਲ ਤੋਂ ਤਾਂ ਤੁਸੀਂ ਦੇਖ ਹੀ ਰਹੇ ਹੋ ਕੱਚੀ ਹੈਗੀ ਹੈ। ਇੰਨਾ ਟਾਈਮ ਹੋ ਗਿਆ ਸਰਕਾਰਾਂ ਕੰਮ ਇਹ ਜੇ ਵੀ ਕਿਉਂ ਨਹੀਂ ਕਰਦੀਆਂ? ਬਸ ਪਿਛੜਿਆ ਗਰੋਂ ਆ ਜੀ, ਹੁਣ ਕੋਈ ਆਉਂਦਾ ਨਹੀਂ ਜਾਂਦਾ ਉਰੇ, ਸਰਕਾਰਾਂ ਦਾ ਪਤਾ ਹੀ ਨਹੀਂ ਇੱਧਰ ਗਰੋਂ ਕੋਈ ਵੱਸਦਾ। ਲੋਕ ਜਿਹੜੇ ਇਸ ਪਿੰਡ ਦੇ ਹੈਗੇ ਨੇ, ਉਹ ਫਿਰ ਕੰਮ ਕਾਜ ਲਈ ਹਰਿਆਣੇ ਜਾਂਦੇ ਆ ਕਿੱਦਾਂ? ਬਸ ਕੋਈ ਪੰਜਾਬ ਜਾਂਦਾ ਜੀ, ਕੋਈ ਹਰਿਆਣੇ ਜਾਂਦਾ ਜੀ, ਇੱਥੇ ਦਿਹਾੜੀ ਮਿਲ ਜਾਂਦੀ ਚਲੇ ਜਾਂਦੇ ਜੀ। ਤੁਹਾਨੂੰ ਵੀ ਲੱਗਦਾ ਕਦੀ ਸੜਕ ਬਣ ਪਾਏਗੀ ਇਹ? ਮੈਨੂੰ ਨਹੀਂ ਲੱਗਦਾ। ਬਾਕੀ ਇਹ ਥੋੜਾ ਪਿਛੜਿਆ ਗਰਾਂ ਆ ਅੱਧਿਆਂ ਦਾ ਪਤਾ ਹੀ ਨਹੀਂ ਇੱਧਰ ਗਰਾਂ ਕੋਈ ਵੱਸ ਰਿਹਾ ਜੀ ਇਹ ਚੱਕਰ ਹਾਂਜੀ ਬਾਕੀ ਉਰੇ ਪੜ੍ਹਾਈ ਲਿਖਾਈ ਆਹ ਚੰਡੀਗੜ੍ਹ ਦੇ ਨੇੜੇ ਆ ਬਾਕੀ ਪੜ੍ਹਾਈ ਲਿਖਾਈ ਥੋੜੀ ਘੱਟ ਆ ਜੀ ਮੁੰਡਿਆਂ 'ਚ ਉਰੇ ਸਕੂਲ ਹ
ਤੁਹਾਡਾ? ਬੁੱਧ ਸਿੰਘ ਹੈ ਜੀ। ਅੱਛਾ, ਕਿੰਨੀ ਉਮਰ ਹੋ ਗਈ? ਉਮਰ ਤਾਂ ਜੀ 33 ਸਾਲ ਹੋ ਗਈ। ਇਸੇ ਪਿੰਡ ਚ ਜੰਮੇ ਸੀ? ਹਾਂਜੀ ਹਾਂਜੀ। ਅੱਛਾ, ਕੀ ਲੱਗਦਾ ਕਿ ਤੁਹਾਡੇ ਪਿੰਡ ਦੇ ਵਿੱਚ ਸੜਕਾਂ ਸੁੜਕਾਂ ਦਾ ਵਿਕਾਸ, ਪਾਣੀ, ਬਿਜਲੀ ਇਹ ਸਮੱਸਿਆਵਾਂ ਇੰਨੇ ਸਾਲਾਂ ਤੋਂ ਹੱਲ ਕਿਉਂ ਨਹੀਂ ਹੋ ਪਾਈਆਂ? ਹਾਂਜੀ, ਪਰ ਕਰਦੀ ਨਹੀਂ ਸਰਕਾਰ ਹਰ ਜੀ, ਜਦ ਵੋਟਾਂ ਦਾ ਟਾਈਮ ਹੁੰਦਾ ਜਦੋਂ ਆਉਂਦੇ ਆ ਜੀ, ਉਹ ਤੋਂ ਬਾਅਦ ਕੋਈ ਆਉਂਦਾ ਨਹੀਂ ਹੈਗਾ ਇੱਥੇ। ਹੁਣ ਕੋਈ ਆ ਕੇ ਗਿਆ ਹਾਲੇ? ਹੁਣ ਆ ਕੇ ਗਏ ਸੀ। ਕਿਹੜੀ ਪਾਰਟੀ ਵਾਲੇ? ਇਹ ਆਪਣਾ ਅਕਾਲੀ ਦਲ। ਅੱਛਾ, ਹੋਰ ਕੋਈ ਨਹੀਂ ਆਇਆ? ਆਮ ਪਾਰਟੀ ਵੀ ਆ ਗਈ। ਟ੍ਰਾਂਸਫਾਰਮਰ ਤਾਂ ਹੈ ਨੀ ਜੀ, ਇੱਥੇ 3 ਕਿਲੋਮੀਟਰ ਥੱਲੇ ਹੇਠਾਂ ਜੀ। ਅੱਛਾ, ਪੂਰਾ ਨੀ ਬਣਦਾ। ਪਾਣੀ ਦੀ ਕਿਉਂ ਘਾਟ ਹੈ? ਪਾਣੀ ਵੀ ਤਾਂ ਕਹਿੰਦੇ ਆਇਆ ਹੋਇਆ। ਪਾਣੀ ਹੈ ਜੀ ਨੀ, ਇੱਥੇ ਦੂਜੇ ਪਿੰਡ ਤੋਂ ਆਉਂਦਾ ਜੀ, ਟਾਂਡਾ ਕਰੋਰਾਂ ਤੋਂ ਜੀ। ਅੱਛਾ, ਨਿਆ ਗਾਉਂ ਦੇ ਨੇੜੇ ਤੋਂ? ਹਾਂਜੀ। ਤੇ ਫਿਰ ਉਹ ਪੂਰਾ ਪੈਂਦਾ ਕਿ ਨਹੀਂ ਉਹਦੇ ਨਾਲ? ਉਹਦੇ ਨਾਲ ਕਿੱਥੇ ਪੂਰਾ ਪੈਂਦਾ ਜੀ, ਹਫਤੇ ਬਾਅਦ ਹਫਤਾ ਵੀ ਲੱਗ ਜਾਂਦਾ ਪਾਣੀ ਨੂੰ ਕਿ ਆਉਣ ਨੂੰ। ਹਾਂਜੀ ਹਾਂਜੀ। ਤੇ ਫਿਰ ਕਿੱਦਾਂ ਗਰਮੀਆਂ ਚ ਫਿਰ ਕਿੱਦਾਂ ਕਰਦੇ ਆ ਪਾਣੀ? ਫਿਰ ਜੀ ਹਰਿਆਣੇ ਤੋਂ ਲੈ ਕੇ ਆਉਂਦੇ ਆ ਜੀ, ਸਿਰਾਂ ਤੇ ਮਟਕਿਆਂ ਨਾਲ ਜੀ। ਅੱਜ ਵੀ ਘੜੇ ਢੋਂਦੀਆਂ ਜਨਾਨੀਆਂ? ਹਾਂਜੀ ਹਾਂਜੀ। ਅੱਛਾ, ਤੇ ਲੀਡਰ ਮੁੜ ਕੇ ਕੋ ਅੱਗੇ ਪਿੱਛੇ ਵੜਦਾ ਨਹੀਂ? ਹਾਂਜੀ, ਨਿੰਮ ਪੜਦਾ ਨਹੀਂ, ਜਦੋਂ ਵੋਟਾਂ ਦਾ ਟਾਈਮ ਹੁੰਦਾ ਜਦੋਂ ਆਉਂਦੇ ਵਾਅਦੇ ਕਰਕੇ ਚਲੇ ਜਾਂਦੇ ਜੀ। ਸਿਹਤ ਕੋਈ ਡਿਸਪੈਂਸਰੀ ਕੋਈ ਹੈ ਇੱਥੇ? ਨਹੀਂ, ਕੁਛ ਨਹੀਂ ਹੈਗਾ ਜੀ। ਸਕੂਲ ਵੀ 5ਵੀਂ ਤੱਕ ਹੈ ਜੀ, ਉੱਥੇ ਵੀ ਪੜ੍ਹਾਈ ਨਹੀਂ ਹੁੰਦੀ ਸਕੂਲ 'ਚ। ਮਾਸਟਰ ਆਉਂਦਾ? ਮਾਸਟਰ ਦਾ ਜੀ 10 ਵਜੇ ਆ ਜਾਂਦਾ ਜੀ, 12 ਵਜੇ ਚਲੇ ਜਾਂਦਾ ਜੀ। ਅੱਛਾ, ਤੇ ਜਿੱਦਾਂ ਤੁਸੀਂ ਦੱਸ ਰਹੇ ਕੋਈ ਡਿਸਪੈਂਸਰੀ ਵੀ ਨਹੀਂ ਹੈਗੀ, ਕੱਲ ਦੇ ਕੋਈ ਬਿਮਾਰ ਹੁੰਦਾ, ਕੋਈ ਪ੍ਰੈਗਨੈਂਟ ਲੇਡੀ ਹੋਵੇ, ਗਰਭਵਤੀ, ਉਹਦੇ ਕੋਈ ਬੱਚਾ ਹੋਣਾ ਹੋਵੇ, ਉਹ ਕਿੱਦਾਂ ਕਰਦੇ ਆ ਫਿਰ ਪਿੰਡ? ਉਹਨੂੰ ਜੀ ਫਿਰ ਚੱਕ ਚੁੱਕ ਕੇ ਲੈ ਕੇ ਜਾਂਦੇ ਆ ਜੀ, ਮੋਟਰਸਾਈਕਲ ਤੇ ਲੈ ਕੇ ਜਾਂਦੇ ਆ। ਅੱਛਾ, ਅੱਜ ਵੀ ਇੱਦਾਂ ਹੀ ਚੱਲ ਰਿਹਾ? ਹਾਂਜੀ ਹਾਂਜੀ। ਇੱਥੇ ਕਿੰਨੇ ਸਾਲਾਂ ਤੋਂ? ਇਹਦੇ ਪੁਰਾਣੇ ਸਭ ਤੋਂ ਚੱਲ ਰਿਹਾ ਜੀ, ਇਹ ਹੋ ਗਏ 50-70 ਸਾਲ। ਹਾਂਜੀ, ਵੱਧ ਹੋ ਗਏ ਜੀ। ਪਿੰਡ ਦਾ ਵਿਕਾਸ ਨਹੀਂ ਹੋ ਪਾਇਆ? ਨਹੀਂ ਹੋ ਨਹੀਂ। ਤੁਹਾਡੇ ਹਿਸਾਬ ਨਾਲ ਕੀ ਵਜ੍ਹਾ ਕੀ ਲੱਗਦੀ ਹੈ ਲੀਡਰ ਧਿਆਨ ਕਿਉਂ ਨਹੀਂ ਦੇ ਰਹੇ? ਬਸ ਲੀਡਰ ਆਪਣੇ ਢਿੱਡ ਭਰੀ ਜਾਂਦੇ ਆ ਜੀ। ਲੋਕਾਂ ਦੱਸਦੇ ਕਿ ਬਾਹਰ ਦੇ ਲੋਕਾਂ ਨੇ ਪਿੰਡਾਂ 'ਚ ਜਿਹੜੇ ਫਾਰਮ ਹਾਊਸ ਬਣਾ ਲਏ, ਜ਼ਮੀਨਾਂ ਖਰੀਦ ਲਈਆਂ ਅਫਸਰਾਂ ਨੇ, ਲੋਕਾਂ ਨੇ? ਹਾਂਜੀ, ਉਹਨਾਂ ਦਾ ਖਰੀਦ ਲਿਆ, ਹੁਣ ਖਰੀਦੀਆਂ ਜੀ, ਸੜਕ ਵੀ ਤਾਂ ਹੀ ਬਣੀ ਹੈ ਜੀ ਹੁਣ, ਮੋੜੀ ਮੋਟੀ ਜੀ। ਅੱਛਾ, ਹਾਂਜੀ ਹਾਂਜੀ। ਨਹੀਂ, ਪਿੰਡ ਨੂੰ ਨਹੀਂ ਪੁੱਛਿਆ? ਨਹੀਂ, ਪਿੰਡ ਨੂੰ ਨਹੀਂ ਪੁੱਛਿਆ। ਪਿੰਡ ਦੀ ਤਾਂ ਜੀ ਇੱਕ ਪੁਲੀ ਰਹਿ ਗਈ ਸੀ, ਇਹ ਉਹ ਵੀ ਆਪਣਾ ਉਹ 'ਤੇ ਪੈਪ ਆ ਕੇ ਚੱਲ ਗਏ, ਉਹ ਹੁਣ ਟੁੱਟ ਗਈ, ਤੁਸੀਂ ਦੇਖੀ ਹੋਣੀ ਆ। ਹਾਂਜੀ। ਕਿੰਨਵੀਂ 'ਚ? ਪਹਿਲੀ ਜਮਾਤ 'ਚ। ਕਿੰਨੇ ਸਾਲ ਦਾ ਤੂੰ? 7 ਕਾ। 7 ਕਾ ਹੋ ਗਿਆ? ਹਾਂ।
ਜੋ ਤੇਰੀ ਪਿੰਡ ਵਾਲੀ ਸੜਕ ਕਿਉਂ ਨਹੀਂ ਬਣ ਰਹੀ ਜੀ? ਨਦੀ ਆ ਜਾਵਾ ਫਿਰ। ਨਦੀ ਆ ਜਾਵਾ ਤੇ ਨਦੀ ਮੰਨ ਜਾਂਦੇ ਆ। ਅੱਛਾ, ਕਦੀ ਫਿਰ ਤੁਸੀਂ ਕਿਹਾ ਨੀ ਪਾਪੇ ਨੂੰ ਕਿ ਪਾਪੇ ਪਿੰਡ ਵਾਲੀ ਸੜਕ ਹੀ ਬਣਾ ਦੇ? ਡੈਡੀ ਨੂੰ ਕਿਹਾ ਨੀ ਤੂੰ ਵੀ ਸੜਕ ਨੀ ਬਣਦੀ ਪਿੰਡ ਵਾਲੀ? ਸਕੂਲ ਕਿਉਂ ਨੀ ਜਾਂਦੇ ਤੁਸੀਂ? ਸਕੂਲ ਛੁੱਟੀਆਂ ਪੈ ਗਈਆਂ। ਅੱਛਾ, ਬੜਾ ਹੋ ਕੇ ਕੀ ਬਣਨਾ ਹੈ ਦੱਸ? ਬੜਾ ਹੋ ਕੇ ਕੀ ਬਣਨਾ? ਡਾਕਟਰ। ਡਾਕਟਰ ਬਣੇਗਾ? ਤਾਂ ਕੀ ਕਹਿੰਦੇ ਉਹਨੂੰ, ਇੱਥੇ ਤੁਹਾਡੇ ਪਿੰਡ 'ਚ ਹੈ ਕੋਈ ਡਾਕਟਰ? ਉੱਪਰ ਆ। ਉੱਪਰ ਕਿੱਥੇ? ਹਰਿਆਣੇ ਵਾ। ਫਿਰ ਤੂੰ ਵੀ ਵੱਡਾ ਹੋ ਕੇ ਡਾਕਟਰ ਬਣ ਕੇ ਹਰਿਆਣੇ ਚੱਲ ਜਾਊਂਗਾ ਕਿ ਉਰੀ ਪਿੰਡ 'ਮਾਂ ਬੈਠੂੰਗਾ? ਹੁਣ ਪਿੰਡ 'ਚ ਕੋਈ ਬਿਮਾਰ ਹੋ ਜੇ ਫਿਰ ਉਹ ਦਵਾਈ ਬੂਟੀ ਕਿੱਥੇ ਤੋਂ ਲੈ ਕੇ ਆਉਂਦਾ? ਮੰਜੇ ਚੱਕ ਕੇ ਲੈ ਜਾਵਾਂ। ਮੰਜੇ 'ਤੇ ਲੈ ਜਾਵਾਂ? ਉੱਪਰ ਨੂੰ। ਉੱਪਰ ਨੂੰ ਲੈ ਜਾ ਉੱਥੇ। ਫਿਰ ਤੂੰ ਫਿਰ ਵੱਡਾ ਹੋ ਕੇ ਪਿੰਡ 'ਚ ਕਿਉਂ ਨਹੀਂ ਬੈਠਣਾ? ਤੂੰ ਖੋਲੀ ਇੱਥੇ ਦੁਕਾਨ ਡਾਕਟਰ ਵਾਲੀ ਕਿ ਨਹੀਂ? ਤੂੰ ਕੀ ਬਣਨਾ ਵੱਡਾ ਹੋ ਕੇ? ਬੰਦਾ। ਬੰਦਾ ਤਾਂ ਹੈ ਹੀ ਹੈ, ਬੰਦਾ ਤਾਂ ਹੁਣੇ ਬਣ ਗਿਆ। ਵੱਡਾ ਹੋ ਕੇ ਕਿਆ ਬਣੂਗਾ? ਡਾਕਟਰ। ਡਾਕਟਰੀ ਪੜ੍ਹਦਾ? ਉਹ ਤਾਂ ਤੂੰ ਸੁਣ ਕੇ ਗਿਆ ਤੇ ਇਸ ਤੋਂ ਪੜ੍ਹਦਾ ਲੱਗ ਦੱਸ ਲੱਗ ਪੜ੍ਹਦਾ ਕਿੰਨਵੀਂ ਚ? ਤੀਸਰੀ। ਕਿੰਨੇ ਸਾਲ ਦਾ ਹੋ ਗਿਆ? 20 ਸਾਲ ਦਾ। ਤੂੰ ਤਾਂ ਗਾਹੀ ਭੱਜੀ ਜਾਂਦਾ, 20 ਸਾਲ ਦਾ ਕਿੱਥੇ ਹੋ ਗਿਆ ਰੱਲੂ? ਕੀ ਨਾਮ ਬੀਬੀ ਤੁਹਾਡਾ? ਮੇਰਾ ਨਾਮ ਤਾਂ ਜੈਰੋ ਆ। ਜੈਰੋ, ਅੱਛਾ। ਕਿੰਨੇ ਸਾਲ ਹੋ ਗਏ ਵਿਆਹ ਕੇ ਜਦੋਂ ਇਸ ਪਿੰਡ 'ਚ ਆਏ ਸੀ? ਸਾਲ ਬਹੁਆ ਨੂੰ ਹੋ ਗਏ, ਨੀਨੇ ਸਾਲ ਹੋ ਗਏ ਆਈਆਂ ਨੂੰ। ਅੱਛਾ, ਨਿਆਣੇ ਛੋਕਰੇ ਵਿਆਹ ਤੇ ਹੈ? ਛੋਕਰੇ ਵਿਆਹ ਵੀ, ਕੁੜੀ ਵਿਆਹੀ ਵੀ। ਅੱਛਾ, ਜਦ ਆਏ ਤੇ ਜਦ ਕੋਈ ਡਾਕਟਰ ਹੁੰਦਾ ਸੀ ਪਿੰਡ 'ਚ? ਨਾ। ਹੁਣ ਇਹ ਵਗੈ ਵੀ ਨਹੀਂ ਹੈਗਾ ਕੋਈ ਵੀ। ਫਿਰ ਕੋਈ ਬਿਮਾਰ ਹੋ ਜੇ ਦਵਾ ਬੂਟੀ ਨੂੰ? ਦਵਾ ਬੂਟੀ ਨੂੰ ਕਿਤੋਂ ਬਰਨੂੰ ਮਾਰ ਕਤਾਏ ਨਾ ਮੇਰਾ ਨੂੰ। ਅੱਛਾ, ਫਿਰ ਲੈ ਕੇ ਕਿੱਦਾਂ ਜਾਂਦੇ ਆ? ਮੰਜੇ ਮੁੰਜੇ ਪਾ ਕਿੱਦਾਂ? ਗੁੱਡੀ ਗੁੱਡੀਆਂ ਮਾ ਮੋਟਰਸਾਈਕਲ ਤੇ ਚੱਲ ਜਾ। ਅੱਛਾ, ਤੇ ਜੇ ਕੋਈ ਹੋਵੇ ਕਿ ਨਿਆਣਾ ਨਿੱਕਾ ਹੋਣਾ ਹੋਵੇ ਬੀਬੀ ਦੇ? ਨਾ, ਨਿੱਕੇ ਹੋ ਗਏ ਫਿਰ ਲੈ ਜਾ ਅੱਗਾ ਹੀ, ਨਿਆਣੇ ਨਿੱਕੇ ਹੋਵਾ ਜਿਹੜਾ। ਜਾਂ ਫਿਰ ਇੱਥੇ ਘਰਾਂ 'ਚ ਹੀ ਹੈ? ਲੀਡਰ ਲੂਡਰ ਹੁਣ ਮਾਰ ਰਹੇ ਗੇੜਾ ਕਿ ਨਹੀਂ ਵੋਟਾਂ 'ਚ? ਮਾਰਤਾ ਰਹੇ ਭਾਈ। ਕਿਆ ਕਹਿੰਦੇ ਆ ਫਿਰ ਉਹ? ਕਹਿ ਰਹੇ ਵਿਚਾਰੇ ਕੋਈ ਕਹਾ ਝਾੜੂ ਨੂੰ ਪਾਓ, ਕੋਈ ਕਾਸੀ ਨੂੰ ਪਾਓ, ਹਨੀ ਬਈ। ਨਹੀਂ, ਤੁਸੀਂ ਨਹੀਂ ਕਹਿੰਦੇ ਪਿੰਡ ਵਾਲੇ ਵੀ ਸਾਡੇ ਕੋਲ ਸੜਕ ਸੁੜਕ ਬਣਾਓ ਪਿੰਡ ਵਾਲੀ? ਕਹਿਦਾ ਰਹੇ ਜੋ ਟੁੱਟਾ ਰਿਹਾ ਵਾ ਵੀ ਉੱਪਰ ਮਰਨੇ ਨੂੰ। ਅੱਛਾ, ਇਹ ਪੱਥਰ ਕਦ ਲੱਗੇ ਇਹ ਟੈਲਾਂ? ਟੈਲਾਂ ਦਾ ਕਦੀ ਕੀ ਲੱਗੀ ਨਹੀਂ ਆ, ਇਹ ਪੰਚ ਬਣਿਆ ਦਾ। ਅੱਛਾ, ਕਿੰਨੇ ਘਰ ਹੋਣੇ ਪੂਰੇ ਪਿੰਡ 'ਚ? ਬਸ ਥੋੜ੍ਹੇ ਘਰ ਰਹਿ ਗਏ ਵੀਰੇ ਤਾਂ। ਫਿਰ ਵੀ ਅੰਦਾਜ਼ਾ ਇਹ ਸਮਾਂ ਵੀ ਦੇਖੇ ਹੋਣੇ ਤਲਾ ਤਲੇ ਦੇ ਆਉਂਦੇ ਫਿਰ। ਹਾਂ ਹਾਂ, ਜੋ ਵੀ ਘਰ ਆ ਵੈਸ ਅੱਧੇ ਚ ਅੱਧੇ ਚੱਲ। ਦਿੱਲੀ ਕਰਦਾ ਵੀ ਕੋਈ ਸਹੂਲਤ ਤਾਂ ਹੈ ਨਹੀਂ, ਸੁਵਿਧਾ ਹੈ ਨਹੀਂ, ਪਿੰਡ ਛੱਡੇ ਜਾਈਏ ਹੈ ਨਹੀਂ ਦਿਲ ਕਰਦਾ ਕਦੇ? ਅੱਧੇ ਚੱਲ ਗਏ ਕੀਰਤਪੁਰ। ਕੀਰਤਪੁਰ ਤੋਂ ਚੱਲ ਗਏ ਕੀਰਤਪੁਰ ਰਹਿਣਾ ਪੈਂਦਾ? ਕੀਰਤਪੁਰ ਚੱਲ ਗਏ, ਅੱਧੇ ਕਿਥੀ ਲਈ ਵੀ, ਕਿਸੇ ਨਾ ਕਿਸੇ ਜਗ੍ਹਾ ਕਿਥੀ ਲਈ ਵੀ। ਤੁਹਾਡਾ ਦਿਲ ਕਰਦਾ? ਮਾਨਾ ਵੀ ਲਈ ਵੀ ਦੋ ਬਸਾਂ। ਫੇਰ ਗਏ ਕਿਉਂ ਨਹੀਂ? ਬਸ ਉਰੀ ਪਾਲ ਜਾਣੇ। ਉਰੀ ਪਾਲ ਜਾਣੇ? ਓਕੇ, ਉਰੀ ਪਾਣੇ ਫੇ ਮੁੜ ਕੇ ਜਾਣਾ ਨਹੀਂ ਛੱਡ ਕੇ? ਨਾ ਤਾਂ ਹਟਕੇ ਦੇ ਹਟਕੇ ਸਾਰੇ ਪਾਣੇ ਫੇ ਛੱਡ ਕੇ। ਸੋ ਉਸ ਪਿੰਡ ਦਾ ਪਿਛਲੇ 7 ਜਾਂ 8 ਦਹਾਕਿਆਂ ਤੋਂ, ਉਸ ਤੋਂ ਵੀ ਵੱਧ ਸਮੇਂ ਤੋਂ, ਜੇ ਪਿੰਡ ਵਾਲਿਆਂ ਦੀ ਮੰਨੀਏ ਤਾਂ 100 ਸਾਲ ਪੁਰਾਣਾ ਸ਼ਾਇਦ ਇਹ ਪਿੰਡ ਹੋਏਗਾ। 70-80 ਸਾਲ ਦੇ ਬੰਦੇ ਵੀ ਕਹਿ ਰਹੇ ਨੇ ਕਿ ਸਾਡੇ ਜੰਮਣ ਤੋਂ ਪਹਿਲਾਂ ਤੋਂ, ਸਾਡੀ ਸੋਝੀ ਤੋਂ ਪਹਿਲਾਂ ਦਾ ਪਿੰਡ ਹੈ। ਪਿੰਡ ਦਾ ਵਿਕਾਸ ਕਿਉਂ ਨਹੀਂ ਹੋ ਪਾਇਆ? ਇਹਦੇ ਲਈ ਵੀ ਜ਼ਿੰਮੇਦਾਰ ਇਹ ਪਿੰਡ ਹੀ ਹੈਗਾ। ਕਿਉਂ? ਆਬਾਦੀ ਘੱਟ ਹੈ, ਘਰ ਥੋੜ੍ਹੇ ਨੇ, ਵਸੋਂ ਨਹੀਂ ਹੈਗੀ, ਅਤੇ ਵਸੋਂ ਨਹੀਂ ਹੈਗੀ, ਵੋਟਾਂ ਘੱਟ ਨੇ, ਵੋਟਾਂ ਘੱਟ ਨੇ, ਇਸ ਕਰਕੇ ਲੀਡਰ ਨਾ ਤਾਂ ਆਉਂਦੇ ਨੇ ਅਤੇ ਨਾ ਇਸ ਪਿੰਡ ਦਾ ਵਿਕਾਸ ਕਰਾਉਂਦੇ ਨੇ। ਇੱਕ ਆਪਾਂ ਤੁਹਾਨੂੰ ਏਰੀਅਲ ਵੀ ਸ਼ੋਟ ਲੈ ਕੇ ਦਿਖਾਈਏ ਤਾਂ ਇੰਨਾ ਕੁ ਇਹ ਪਿੰਡ ਹੈ, ਇਹ ਬਿਲਕੁਲ ਮੇਰੇ ਹੱਥ ਦੀ ਸੀਚ ਤੁਹਾਨੂੰ ਜਿਹੜਾ ਰਸਤਾ ਦਿਖ ਰਿਹਾ, ਇੱਥੇ ਜਾ ਕੇ ਪਿੰਡ ਖਤਮ ਹੋ ਜਾਂਦਾ, ਲਾਸਟ ਘਰ ਹੈ ਪਿੰਡ ਦਾ ਜਿਹੜਾ ਇਹ ਤੁਹਾਨੂੰ ਸਾਹਮਣੇ ਦਿਖ ਰਿਹਾ ਹੈਗਾ। ਇਸ ਤੋਂ 5 ਕਿਲੋਮੀਟਰ ਦਾ ਰਸਤਾ ਹੋਰ ਜਾਂਦਾ, ਐਵੇਂ ਕੱਚਾ ਰਸਤਾ ਨਦੀ ਦੇ ਵਿੱਚੋਂ 4-5 ਕਿਲੋਮੀਟਰ ਜਾ ਕੇ ਅੱਗੇ ਹਰਿਆਣਾ ਆ ਜਾਂਦਾ। ਇੱਥੋਂ ਦੇ ਜਿਹੜੇ ਲੋਕ ਨੇ ਉਹ ਉੱਪਰਲਾ ਪਾਸਾ ਕਹਿੰਦੇ ਨੇ, ਉਹਨੂੰ ਉੱਪਰਲਾ ਕਹਿੰਦੇ ਨੇ, ਭਾਵ ਉਹ ਜੇ ਉੱਪਰਲੇ ਸ਼ਬਦ ਨੂੰ ਵਰਤਣੇ, ਭਾਵ ਉਹ ਹਰਿਆਣੇ ਦੀ ਗੱਲ ਕਰ ਰਹੇ। ਇੱਕ ਛੋਟੇ ਜਿਹੇ ਬੱਚੇ ਨੇ ਵੀ ਦੱਸਿਆ ਕਿ ਮੈਂ ਵੱਡਾ ਹੋ ਕੇ ਡਾਕਟਰ ਬਣਨਾ ਚਾਹਾਂਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ। ਕੋਈ ਬਿਮਾਰ ਹੋ ਜੇ ਉਹਨੂੰ ਮੰਜੇ 'ਤੇ ਚੱਕ ਕੇ ਲੈ ਕੇ ਜਾਣਾ ਪੈਂਦਾ, ਕੋਈ ਪ੍ਰੈਗਨੈਂਟ ਹੋ ਜੇ ਲੇਡੀ ਉਹਨੂੰ ਮੰਜੇ 'ਤੇ ਚੱਕ ਕੇ ਲਿਜਾਣਾ ਪੈਂਦਾ, ਔਰ ਇਹੋ ਜਿਹੇ ਰਸਤਿਆਂ ਦੇ ਵਿੱਚੋਂ, ਨਦੀਆਂ ਵਾਲੇ ਰਸਤਿਆਂ 'ਚੋਂ ਲੈ ਕੇ ਅਤੇ ਅੱਗੇ ਕਿੰਨੇ ਕਿਲੋਮੀਟਰ ਜਾ ਕੇ ਕੋਈ ਗੱਡੀ ਗੁੱਡੀ ਕਰਦੇ ਨੇ, ਉਸ ਤੋਂ ਬਾਅਦ ਜਾ ਕੇ ਉਹ ਸ਼ਹਿਰ 'ਚ ਪਹੁੰਚਦੇ ਨੇ, ਤਾਂ ਜਾ ਕੇ ਇੱਕ ਔਰਤ ਇਸ ਪਿੰਡ ਦੀ ਬੱਚੇ ਨੂੰ ਜਨਮ ਦੇ ਪਾਉਂਦੀ ਹੈ। ਸੋ ਵੱਡਾ ਸਵਾਲ ਹੈ ਸਾਡੀਆਂ ਸਰਕਾਰਾਂ 'ਤੇ, ਬੜੀ ਤਰਾਸਦੀ ਹੈ ਇਸ ਪਿੰਡ ਦੀ ਕਿ ਵਿਕਾਸ ਕਾਗਜ਼ਾਂ ਦੇ ਵਿੱਚ ਤਾਂ ਹੋ ਰਹੇ ਹੁੰਦੇ ਨੇ, ਪਰ ਜਦੋਂ ਆਪਾਂ ਹਕੀਕਤ 'ਤੇ ਆਈਏ
ਧਰਾਤਲ 'ਤੇ ਆਈਏ ਤਾਂ ਸਭ ਦੇ ਸਾਹਮਣੇ ਆ ਜਾਂਦਾ ਅਜਿਹਾ ਇੱਕ ਪਿੰਡ ਮਸੌਲ ਜਿੱਥੇ ਕਿ ਕੁਝ ਵੀ ਨਹੀਂ ਹੈਗਾ। ਇੱਕ ਗੱਲ ਹੋਰ ਅਸੀਂ ਦਰਸ਼ਕੋਂ ਦੱਸ ਦਈਏ ਕਿ ਲੋਕ ਕਹਿ ਕੀ ਰਹੇ ਨੇ ਕਿ ਅਫਸਰਸ਼ਾਹੀ ਨੇ ਨੇਤਾਵਾਂ ਨੇ ਜ਼ਮੀਨਾਂ ਖਰੀਦ ਲਈਆਂ ਨੇ, ਉਹਨਾਂ ਕਰਕੇ ਮਾੜਾ ਮੋਟਾ ਪਿੰਡ ਡਿਵੈਲਪ ਹੋ ਗਿਆ ਕਿਉਂਕਿ ਟੌਪ ਆਫ ਦਾ ਬਿਊਰੋਕਰੇਟ ਹੈਗੇ ਨੇ, ਸੜਕਾਂ ਜਿਹੜੀਆਂ ਬਣ ਗਈਆਂ, ਪਿੰਡ ਦੀਆਂ ਪੂਰੀਆਂ ਨਹੀਂ ਬਣੀਆਂ, ਪਰ ਕਿਤੇ ਨਾ ਕਿਤੇ ਉਹ ਜ਼ਮੀਨਾਂ ਖਰੀਦਣ ਵਾਲੇ ਵੀ ਚਾਹੁੰਦੇ ਨੇ ਕਿ ਇਹ ਪਿੰਡ ਖਤਮ ਹੋ ਜੇ, ਲੋਕ ਇੱਥੋਂ ਚਲੇ ਜਾਣ ਤਾਂ ਕਿ ਜਿਹੜਾ ਬਰੈਂਦ ਖੂੰਦ ਬਚੀ ਹੈ ਪਿੰਡ ਦੀ ਮਾੜੀ ਮੋਟੀ ਉਹ ਵੀ ਉਹ ਲੈ ਲੈਣ ਤਾਂ ਕਿ ਉਹ ਆਪਣੀ ਇੱਥੇ ਜਾਇਦਾਦਾਂ ਜ਼ਰੂਰ ਬਣਾ ਸਕਣ। ਸੋ ਸਰਕਾਰਾਂ ਨੂੰ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਜੇਕਰ ਤੁਸੀਂ ਇਹ ਵੀ ਨਹੀਂ ਕਰਨਾ, ਮੁੱਖ ਮੰਤਰੀ ਪੰਜਾਬ ਦੇ ਘਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਜੇ ਹਾਲ ਹੈਗਾ ਤਾਂ ਪੰਜਾਬ ਦਾ, ਪੰਜਾਬ ਦੇ 23 ਜ਼ਿਲ੍ਹਿਆਂ ਦਾ ਕੀ ਹਾਲ ਹੋਵੇਗਾ। ਅਸੀਂ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਸਵਾਲ ਕਰਦੇ ਹਾਂ, 2 ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਹੈ, 1 ਵਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਵੀ ਸਵਾਲ ਹੈ ਕਿ ਪੰਜਾਬ 'ਚ ਅਜਿਹੇ ਮਸੌਲ ਹੋਣ ਤੋਂ ਜੇ ਰੋਕ ਸਕਦੇ ਹੋ ਤਾਂ ਰੋਕ ਲਓ, ਬਚਾ ਲਓ। ਕਿਤੇ ਜਿਹੜੇ ਲੋਕ ਆਪਣੇ ਹੱਕਾਂ ਲਈ, ਉਹਨਾਂ ਦਾ ਬੁਨਿਆਦੀ ਹੱਕ ਹੈ ਸੁਵਿਧਾਵਾਂ, ਜੇ ਉਹਨਾਂ ਨੂੰ ਇਹ ਵੀ ਨਹੀਂ ਮਿਲਣਗੀਆਂ ਤਾਂ ਫਿਰ ਸਰਕਾਰਾਂ ਦਾ, ਸਿਸਟਮ ਦਾ, ਹਕੂਮਤ ਦਾ ਕੋਈ ਫਾਇਦਾ ਨਹੀਂ। ਵਿਜੇ ਦੀਪ ਬਾਜਵਾ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਮਸੌਲ ਪੰਜਾਬ।